다시 식신 빼다야지. 우동이 갈 거나, 우동이. 또, ਤਹਿਸੀਲ ਨਰਵਲ ਬਈ ਤੇ ਜ਼ਿਲ੍ਹਾ ਸਿਆਲਕੋਟ ਬਣੇ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਦੋ ਵਾਕੇ ਨੇ ਉਹਨਾਂ ਨੇ ਉਹਨਾਂ ਤੋਂ ਮੁਤਾਸਰ ਹੋ ਕੇ ਤੇ ਉਹਨਾਂ ਨੇ ਇਹ ਪਿੰਡ ਜਾਗੀਰ ਦਿੱਤਾ ਅੱਛਾ ਜਦੋਂ ਨਮਾਜ਼ ਦਾ ਟਾਈਮ ਹੋਣਾ ਆਪਣੇ ਜੇਲ੍ਹ ਤੋਂ ਬਾਹਰ ਆ ਕੇ ਨਮਾਜ਼ ਪੜ੍ਹਦੇ ਹੋਣਾ ਫੌਜੀਆਂ ਨੇ ਫੇਰ ਫੜ ਕੇ ਅੰਦਰ ਕਰਨਾ ਉਹ ਨਮਾਜ਼ ਦੇ ਟਾਈਮ ਤੇ ਫੇਰ ਬਾਬਾ ਜੀ ਨੇ ਬਾਹਰ ਆ ਕੇ ਤੇ ਨਮਾਜ਼ ਪੜ੍ਹਨੀ ਉਹ ਇਸ ਤਰ੍ਹਾਂ ਕਿੱਸਾ ਚੰਦ ਦਿਨ ਚੱਲਦਾ ਰਿਹਾ ਉਹ ਦਰਬਾਰ ਰਾਜਾ ਰਣਜੀਤ ਸਿੰਘ ਦੇ ਸ਼ਿਕਾਇਤ ਚਲੀ ਗਈ ਜੀ ਰਾਜਾ ਰਣਜੀਤ ਸਿੰਘ ਬਹੁਤ ਸਖ਼ਤ ਬਿਮਾਰ ਹੋ ਗਿਆ ਕਰੀਬ ਮਰਗ ਹੋ ਗਿਆ ਜੀ ਤੇ ਉਹ ਕਿਸੇ ਹਕੀਮ ਤਬੀਬ ਕੋਲੋਂ ਇਲਾਜ ਨਹੀਂ ਹੋਇਆ ਉਹਨੇ ਨਾ ਇਹਨਾਂ ਨੂੰ ਬਾਬਾ ਜੀ ਨੂੰ ਬੁਲਾਇਆ ਔਰੰਗਜ਼ੇਬ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਇਹਨਾਂ ਦਾ ਇਲਾਜ ਕੀਤਾ ਰਾਜਾ ਰਣਜੀਤ ਸਿੰਘ ਦਾ ਗੇਲਾਂ ਦੇ ਮਿੱਟੀ ਨੂੰ ਹਾਂ ਗੇਲ ਸੀ ਗੁੱਲ ਬਣਾਏ ਖਾਲਕ ਤੇ ਕੀਤੀ ਰੰਗਾ ਮਿੱਟੀ ਚੋਂ ਫੁੱਲ ਗੇਲ ਸੀ ਗੁੱਲ ਬਣਾਏ ਖਾਲਕ ਤੇ ਕੀਤੀ ਰੰਗੀ ਰੰਗਾ ਰੰਗੀ ਕੋਈ ਜ਼ਾਹਿਰ ਕੋਈ ਮਸਤ ਬਣਾਏ ਕੋਈ ਸੂਫੀ ਕੋਈ ਪੰਗੀ ਸੱਤਰ ਦੋ ਪਾਤਰ ਫਿਰ ਕੇ ਰਹਿਣਾ ਮੈਂ ਸ਼ਾ ਜੰਗੀ ਆ ਸ਼ਮਸ਼ਾ ਕਰ ਲੱਖ ਸ਼ੁਕਰਾਨਾ ਉਸ ਜੋ ਕੀਤੀ ਸੋਚਣ ਚੰਗੀ ਵਾਹ ਜੀ ਵਾਹ 1735 ਦੀ ਦੌਰ ਦੇ ਨੇ ਮੀਆਂ ਮੁਹੰਮਦ ਬਖਸ਼ ਰਹਿਮਤੁਲਾ ਲੈ ਦਾ ਦੌਰ ਇਹਨਾਂ ਤੋਂ ਬਾਅਦ ਇਹਨਾਂ ਤੋਂ ਬਾਅਦ ਹਾਂਜੀ ਉਹ ਇਹਨਾਂ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਕਿਤਾਬ ਏ ਉਹਦੇ ਚ ਇਹਨਾਂ ਦੀ ਬੜੇ ਅੱਛੇ ਲਫ਼ਜ਼ਾਂ ਧਰੀ ਕੀਤੀ ਹੈ ਇਹਨਾਂ ਦੀ ਸ਼ਾਇਰੀ ਦੁੱਖ ਸੁੱਖ ਨਾ ਮਾਮਲਾ ਮੌਤ ਤੈਨੂੰ ਹੋਰ ਕਿਸੇ ਦਾ ਅੰਗ ਨਾ ਸਾਖ ਹੈ ਤੂੰ ਹਾਸ਼ਮ ਸ਼ਾਹ ਤੂੰ ਜਿਸ ਨੂੰ ਢੂੰਡਦਾ ਹੈ ਤੇਰੇ ਵਿੱਚ ਹੈ ਆਪਣਾ ਆਪ ਹੈ ਬੜਾ ਸਰਕਾਰ ਨੇ ਨਾ ਬਹੁਤ ਜ਼ਿਆਦਾ ਕਲਾਮ ਲਿਖਿਆ ਜਿਦਾ ਜਿਦਾ ਹੀ ਹੈ ਬਹੁਤ ਜ਼ਿਆਦਾ ਕਲਾਮ ਤੇ ਕਲਾਮ 37 ਕਿਤਾਬਾਂ ਗਈ ਦਾ ਹਾਸ਼ਮ ਸ਼ਾਹ ਦਾ ਕੁਝ ਫਾਰਸੀ ਚ ਸੱਤਾਂ ਜ਼ਬਾਨਾਂ ਚ ਜਾਰੀ ਕੀਤੀ ਅਸਲਾਮ ਅਲੈਕੁਮ ਸਤਿ ਸ੍ਰੀ ਅਕਾਲ ਪ੍ਰਣਾਮ ਦੋਸਤੋ ਮੈਂ ਤੁਹਾਡਾ ਆਪਣਾ ਬਿੱਲੀ ਮਿੱਤਰ ਖਾਦਮ ਹੁਸੈਨ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਨਵੇਂ ਐਪੀਸੋਡ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਅੱਜ ਦੋਸਤੋ ਸਾਂਝਾ ਪੰਜਾਬ ਦੀ ਟੀਮ ਪਹੁੰਚੀ ਹੈ ਜੀ ਪਿੰਡ ਥਰਪਾਲ ਸ਼ਰੀਫ ਜਾਂ ਫਿਰ ਇਹਦਾ ਦੂਸਰਾ ਨਾਂ ਥਰਪਾਲ ਹਜ਼ਰਤ ਸੈਯਦ ਮੁਹੰਮਦ ਹਾਸ਼ਮ ਸ਼ਾਹ ਕਾਦੀ ਜੀ ਜੀ ਬਿਲਕੁਲ ਹਜ਼ਰਤ ਮੁਹੰਮਦ ਸੈਯਦ ਹਾਸ਼ਮ ਸ਼ਾਹ ਕਾਦਰੀ ਮਸ਼ਾਹੀ ਪੰਜਾਬੀ ਅਦਬ ਦਾ ਇੱਕ ਬਹੁਤ ਵੱਡਾ ਨਾਂ ਹੈ ਜੀ ਅਤੇ ਅੱਜ ਅਸੀਂ ਤੁਹਾਨੂੰ ਇਹਨਾਂ ਦੀ ਦਰਗਾਹ ਸ਼ਰੀਫ ਦਾ ਵਿਊ ਵੀ ਦਿਖਾਵਾਂਗੇ ਅਤੇ ਇੱਥੇ ਜਿਹੜੇ ਦਰਬਾਰ ਸ਼ਰੀਫ ਦੇ ਹਜ਼ਰਾਤ ਜਾਂ ਜਿਹੜੇ ਦਰਬਾਰ ਸ਼ਰੀਫ ਦੇ ਸੇਵਾਦਾਰ ਨੇ ਜਿਹੜੇ ਉਹਨਾਂ ਦੇ ਖਾਨਦਾਨ 'ਚੋਂ ਉਹਨਾਂ ਦੇ ਨਾਲ ਵੀ ਗੱਲਬਾਤ ਸੁਣਾਵਾਂਗੇ ਅਤੇ ਇਹ ਜੀ ਦਰਬਾਰ ਸ਼ਰੀਫ ਦਾ ਸੇਮ ਸ਼ਰੀਫ ਜਿਹੜਾ ਮੈਂ ਤੁਹਾਨੂੰ ਵਿਊ ਦਿਖਾ ਰਿਹਾ ਅਤੇ ਮੈਂ ਹੁਣ ਥੋੜ੍ਹੀ ਦੇਰ ਤੱਕ ਤੁਹਾਨੂੰ ਦਰਬਾਰ ਸ਼ਰੀਫ ਅੰਦਰ ਲੈ ਕੇ ਜਾਵਾਂਗਾ ਹੈ ਜੀ ਬਾਬਾ ਜੀ ਦੇ ਦੌੜੇ ਪੰਜਾਬੀ ਦੇ ਵਿੱਚ ਲਿਖੇ ਹੋਏ ਨੇ ਜੀ ਤੂੰ ਆਸ਼ਕੇ ਬਾਗਬਾਂ ਕਹੋ ਅਗਰ ਆਕਲ ਹੈ ਬੁਲਬੁਲ ਅਤੇ ਦੂਸਰਾ ਮਿਸਰਾ ਦਾ ਜੀ ਨਾ ਕਰ ਉਮੀਦ ਗੁਲਸ਼ਨ ਪਰ ਨਾ ਆਪਣੇ ਆਸ਼ੀਆਂ ਉੱਪਰ ਜੀ ਜੀ ਗੁੰਬਦ ਸ਼ਰੀਫ ਇਹ ਦਰਬਾਰ ਦਾ ਸੀ ਬਾਬਾ ਜੀ ਦਾ ਇਹ ਜੀ ਮਜ਼ਾਰ ਅਕਦਸ ਹਜ਼ਰਤ ਸੈਯਦ ਮੁਹੰਮਦ ਹਾਸ਼ਮ ਸ਼ਾਹ ਰਹਿਮਤੁੱਲਾਹ ਅਲੈਹ ਕਾਦਮੀ ਸ਼ਾਹਰੀ ਹੋਰ
ਜੀ ਬਾਬਾ ਜੀ ਮੁਹੰਮਦ ਅਰਸ਼ਾ ਜੀ ਸਾਡੇ ਬਜ਼ੁਰਗਾਂ ਨੂੰ ਜੀ ਕਿ ਇਹਨਾਂ ਨੇ ਸਿੱਖਾਂ ਦੀ ਕਿਤਾਬ ਗ੍ਰੰਥ ਹਾਂਜੀ ਨੂੰ ਗੁਰੂ ਗ੍ਰੰਥ ਜੀ ਨੂੰ ਜੀ ਜੀ ਉਹਦੀ ਤੁਸੀਂ ਵੀ ਬਾਬਾ ਜੀ ਨੇ ਸਾਡੇ ਕੀਤੀ ਹੈ ਤੇ ਉਸ ਹਵਾਲੇ ਨਾਲ ਉਹ ਬਹੁਤ ਅਕੀਦਤ ਕਰਦੇ ਇਹਨਾਂ ਦੇ ਨਾਲ ਇਹਨਾਂ ਦਾ ਨੁਸਖਾ ਉੱਥੇ ਉੱਥੇ ਕੁਛ ਟੈਂਪਲ ਜਿਹੜਾ ਉਹਨਾਂ ਦਾ ਆਇਆ ਸੀ ਗੋਲਡਨ ਟੈਂਪਲ ਸੀ ਉੱਥੇ ਵੀ ਕੁਛ ਇਹਨਾਂ ਦਾ ਕਲਾਮ ਜਿਹੜਾ ਉਹ ਗੁਜ਼ਾਇਆ ਹੋਇਆ ਜੀ ਜੀ ਬਾਕੀ ਇੱਥੇ ਆਪਣੇ ਅਜਾਇਬ ਘਰ ਲਾਹੌਰ ਦੇ ਵਿੱਚ ਇਹਨਾਂ ਦੇ ਫਾਰਸੀ ਦੇ ਨੁਸਖੇ ਪਏ ਨੇ ਜੀ ਜੀ ਪੰਜਾਬੀ ਦੇ ਪਏ ਨੇ ਜੀ ਜੀ ਜਿਹੜੇ ਕਿ ਉਹ ਉਹਨਾਂ ਨੇ ਯਾਦਗਾਰ ਦੇ ਤੌਰ ਤੇ ਉੱਥੇ ਰੱਖੇ ਨੇ ਜੀ ਠੀਕ ਠੀਕ ਇਹ ਜੀ ਦਰਬਾਰ ਸ਼ਰੀਫ ਦਾ ਅੰਦਰੂਨੀ ਵਿਊ ਦਿਖਾ ਰਿਹਾ ਜੀ ਤੁਹਾਨੂੰ ਮੈਂ ਤੇ ਹੈ ਜੀ ਬਾਬਾ ਜੀ ਦਾ ਸਿਲਸਿਲਾ ਨਸਬ ਇਹਨਾਂ ਦਾ ਪੈਦਾਇਸ਼ ਦਾ ਸ਼ਹਿਰ ਮਦੀਨਤੁਲ ਮੁਨੱਵਰਾ ਬਾਈ ਰਜਬੁਲ ਮੁਰੱਜਬ 1148 ਹਿਜਰੀ 1750 ਸ਼ਜਰਾ ਤਰੀਕਤ ਸਿਲਸਿਲਾ ਅਸਲਾਮ ਵਾਲੇਕੁਮ ਬਜ਼ੁਰਗ ਵਾਲੇਕੁਮ ਅਸਲਾਮ ਜੀ ਰਹਿਮਤੁਲਲਾਹ ਕੀ ਹਾਲ ਹੈ ਠੀਕ ਹੋ ਠੀਕ ਹੈ ਅੱਲਾਹ ਦੀ ਮਿਹਰਬਾਨੀ ਅੱਲਾਹ ਦੀ ਕਰੁਣਾ ਵਿੱਚ ਕੀ ਨਾਂ ਜੀ ਆਪਣਾ ਮੇਰਾ ਨਾਂ ਜੀ ਮੁਸ਼ਤਾਕ ਅਹਿਮਦ ਹਾਸ਼ਮੀ ਮੁਸ਼ਤਾਕ ਅਹਿਮਦ ਹਾਸ਼ਮੀ ਤੁਹਾਡੇ ਵਾਲਦ ਸਾਹਿਬ ਦਾ ਨਾਂ ਮੁਹੰਮਦ ਅਬਦੁੱਲਾ ਹਾਸ਼ਮੀ ਮੁਹੰਮਦ ਅਬਦੁੱਲਾ ਹਾਸ਼ਮੀ ਤੇ ਦਾਦਾ ਜਾਨ ਦਾ ਨਾਂ ਮੇਰੇ ਦਾਦਾ ਜਾਨ ਦਾ ਨਾਮ ਜੀ ਖੁਰਸ਼ਾਦ ਜੀ ਉਹਨਾਂ ਦੇ ਦਾਦਾ ਸਨ ਹਾਸ਼ਮੀ ਠੀਕ ਠੀਕ ਮਤਲਬ ਤੁਹਾਡੇ ਗ੍ਰੇਟ ਗ੍ਰੈਂਡ ਫਾਦਰ ਠੀਕ ਹੈ ਤੇ ਪਿੰਡ ਦਾ ਨਾਂ ਜੀ ਇਸ ਪਿੰਡ ਦਾ ਥਰਪਾਲ ਥਰਪਾਲ ਹਾਸ਼ਮ ਸ਼ਾਹ ਥਰਪਾਲ ਹਾਸ਼ਮ ਸ਼ਾਹ ਤੁਹਾਡੇ ਪੜਦਾਦਾ ਜਾਨ ਦੇ ਨਾਂ ਤੋਂ ਹੀ ਮਨਸੂਬ ਆ ਪਿੰਡ ਮਤਲਬ ਉਹਨਾਂ ਦਾ ਨਾਂ ਲੱਗਦਾ ਠੀਕ ਹੈ ਤਹਿਸੀਲ ਤੇ ਜ਼ਿਲ੍ਹਾ ਤਹਿਸੀਲ ਨਾਰੋਵਾਲ ਜੀ ਜ਼ਿਲ੍ਹਾ ਵੀ ਨਾਰੋਵਾਲ ਜ਼ਿਲ੍ਹਾ ਨਾਰਵਾ ਤੇ 47 ਤੋਂ ਪਹਿਲੇ 47 ਤੋਂ ਪਹਿਲੇ ਆਹੀ ਡਰੈਸ ਸੀ 47 ਤੋਂ ਪਹਿਲੋਂ ਇਹ ਸੀ ਪਹਿਲੋਂ ਸੀ ਤਹਿਸੀਲ ਲਈਆ ਠੀਕ ਹੈ ਜ਼ਿਲ੍ਹਾ ਅੰਮ੍ਰਿਤਸਰ ਅੱਛਾ 47 ਤੋਂ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਦਾ ਹਾਂ 47 ਮੇਰੀ ਤਾਂ ਫਿਰ 36 ਦੀ ਪੈਦਾਇਸ਼ ਉਦੋਂ ਦੀ ਗੱਲ ਕਰਨਾ ਉਦੋਂ ਦੀ ਆਪਣਾ ਤਹਿਸੀਲ ਲਈਆ ਜ਼ਿਲ੍ਹਾ ਅੰਮ੍ਰਿਤਸਰ ਜੀ ਜੀ ਉਸ ਤੋਂ ਬਾਅਦ ਫਿਰ ਇਹ ਤਹਿਸੀਲ ਨਾਰੋਵਾਲ ਬਈ ਤੇ ਜ਼ਿਲ੍ਹਾ ਸਿਆਲਕੋਟ ਬਣੇ ਜੀ ਜੀ ਮੌਜੂਦਾ ਜਿਹੜਾ ਠੀਕ ਅੱਜ ਅਸੀਂ ਜੀ ਤੁਹਾਡੇ ਨਾਲ ਆਪਣਾ ਸ਼ਾਹ ਜੀ ਗੱਲਬਾਤ ਕਰਾਂਗੇ ਤੁਹਾਡੇ ਪੜਦਾਦਾ ਜਾਨ ਸਈਦ ਹਾਸ਼ਮ ਅਲੀ ਸ਼ਾਹ ਪੰਜਾਬੀ ਦੇ ਬਹੁਤ ਵੱਡੇ ਨਾਂ ਤਰੀਫ ਦਾ ਮੁਹਤਾਜ ਨੇ ਸੂਫੀ ਬੰਦੇ ਹੋਏ ਨੇ ਜੀ ਬਹੁਤ ਤੇ ਮੈਂ ਤੇ ਖਾਲੀ ਇਹਨਾਂ ਦਾ ਨਾਂ ਸੁਣਿਆ ਤੇ ਕਿਤੇ ਕਦੇ ਕਦੇ ਮਤਲਬ ਇਸ ਤਰ੍ਹਾਂ ਦਾ ਕੋਈ ਮਾਹੌਲ ਬਣਿਆ ਕਿ ਉਹਨਾਂ ਦਾ ਕਲਾਮ ਵੀ ਬਜ਼ੁਰਗਾਂ ਤੋਂ ਹੀ ਸੁਣਿਆ ਤੇ ਬੜੀ ਖੁਆਇਸ਼ ਸੀ ਮਤਲਬ ਇੱਥੇ ਆਉਣ ਦੀ ਦਰਗਾਹ ਸ਼ਰੀਫ ਤੇ ਆਪਣਾ ਦੁਆਏ ਖੈਰ ਕਰਨ ਦੀ ਸੋ ਸਭ ਤੋਂ ਪਹਿਲੇ ਜੀ ਅਸੀਂ ਰੱਬ ਸੋਹਣੇ ਦਾ ਸ਼ੁਕਰ ਅਦਾ ਕਰਨੇ ਹਾਂ ਕਿ ਅੱਜ ਸਾਨੂੰ ਮੌਕਾ ਬਖਸ਼ਿਆ ਤੇ ਅਸੀਂ ਤੁਹਾਡੀ ਵੀ ਆਪਣਾ ਦੀਦ ਕਰ ਰਹੇ ਹਾਂ ਤੇ ਕੀ ਕੁਝ ਤੁਸੀਂ ਜਾਣਦੇ ਹੋ ਆਪਣੇ ਦਾਦਾ ਜਾਨ ਦੇ ਬਾਰੇ ਥੋੜਾ ਜਿਹਾ ਪੱਸੇ ਪੜਦਾ ਮਤਲਬ ਕਿੱਥੋਂ ਚੱਲੇ ਕੀ ਇਹਨਾਂ ਦਾ ਮਤਲਬ ਸਾਰੀ ਗੱਲਬਾਤ ਜੀ ਜੀ ਬਿਲਕੁਲ ਹਾਂ ਇਹਨਾਂ ਦੀ ਮੈਂ ਹਾਜੀ ਮੁਹੰਮਦ ਸ਼ਰੀਫ ਸਾਹਿਬ ਮਦੀਨੇ ਸ਼ਰੀਫ ਦੇ ਰਹਿਣ ਵਾਲੇ ਸਨ ਅੱਛਾ ਉੱਥੇ
ਮਸਜਿਦ ਨਬੀ ਵਿਚ ਦਸੋ ਤਦੀਸ ਦਾ ਕੰਮ ਕਰਦੇ ਸਨ। ਠੀਕ। ਫਿਰ ਉਹਨਾਂ ਦੀ ਡਿਊਟੀ ਲੱਗੀ ਤੇ ਉਹਨਾਂ ਨੇ ਆਪ ਅਡਾਪਟ ਕੀਤੀ ਉਹ ਤਬਲੀਗ ਲਈ ਇੱਥੇ ਹਿੰਦੁਸਤਾਨ ਚ ਆ ਗਏ। ਹਿੰਦੁਸਤਾਨ ਚ ਜਗਦੇਵ ਕਲਾਉਣ ਜਿਹੜਾ ਅੰਮ੍ਰਿਤਸਰ ਉੱਥੇ ਉਹਨਾਂ ਦਾ ਕੰਮ ਹੋਇਆ। ਠੀਕ। ਬਸ ਉਸ ਤੋਂ ਬਾਅਦ ਫਿਰ ਇਹ ਹਾਸ਼ਮ ਸ਼ਾਹ ਸਾਹਿਬ ਆਪਣੇ ਵਾਲਦ ਸਾਹਿਬ ਦੇ ਮੁਰੀਦ ਹੋਏ। ਉਹ ਜਿਹੜੇ ਸਨ ਜਨਾਬ ਹਾਜੀ ਮੁਹੰਮਦ ਸ਼ਰੀਫ ਸਾਹਿਬ ਵਾਲਦ ਸਾਹਿਬ ਦਾ ਨਾਮ ਜੀ ਹਾਜੀ ਮੁਹੰਮਦ ਸ਼ਰੀਫ ਉਹ ਹਜ਼ੂਰ ਨੌਸ਼ਾ ਪਾਕ ਦੇ ਮੁਰੀਦਾਂ ਵਿਚੋਂ ਸਨ। ਉਸ ਤੋਂ ਬਾਅਦ ਇਹ ਵੇਖ ਕੇ ਇਹਨਾਂ ਨੇ ਆਪਣੇ ਵਾਲਦ ਸਾਹਿਬ ਦੀ ਬਹਿਸ ਕੀਤੀ। ਇਹਨਾਂ ਨੂੰ ਉਥੋਂ ਹੀ ਫੈਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੇ ਇੱਕ ਦੋ ਵਾਕੇ ਨੇ ਉਹਨਾਂ ਨੇ ਉਹ ਉਹਨਾਂ ਤੋਂ ਮੁਤਾਸਰ ਹੋ ਕੇ ਤੇ ਉਹਨਾਂ ਨੇ ਇਹ ਪਿੰਡ ਜਾਗੀਰ ਦਿੱਤਾ। ਅੱਛਾ। ਜਾਗੀਰ ਦਿੱਤਾ। ਫਿਰ ਇਹਨਾਂ ਨੇ ਕਿਹਾ ਵੀ ਬਾਈ ਅਸੀਂ ਦਰਵੇਸ਼ ਲੋਕ ਸਾਡੇ ਕੀ ਇਹਨਾਂ ਨੇ ਰਾਜੋ ਤਕਸੀਮ ਕਰਤੀ। ਤਕਸੀਮ ਕਰਤੀ ਮੇਰੇ ਖਿਆਲ ਚੰਦ ਥੋੜੀ ਜਿਹੀ ਚਲੋ ਬੱਚਿਆਂ ਲਈ ਜਿਹੜੀ ਹੁਣ ਵੀ ਸਾਡੇ ਕੋਲ। ਫਿਰ ਜਿਸ ਤਰ੍ਹਾਂ ਇਹਨਾਂ ਦਾ ਸਾਲ ਦਾ ਵਕਤ ਆਇਆ ਇਹਨਾਂ ਨੇ ਵਸੀਅਤ ਇਹਨਾਂ ਦੀ ਵਸੀਅਤ ਦੇ ਮੁਤਾਬਕ ਵਿਸਾਲ ਇਹਨਾਂ ਦਾ ਉੱਥੇ ਹੋਇਆ 27 ਰਮਜ਼ਾਨ ਉਲ ਮੁਬਾਰਕ ਜੀ ਹਾਂਜੀ ਜੁਮੇ ਦਾ ਦਿਨ 27 ਰਮਜ਼ਾਨ ਉਲ ਮੁਬਾਰਕ ਤੇ ਇਹ ਇੱਥੇ ਉਹ ਉਹਨਾਂ ਦਾ ਉੱਥੇ ਵਿਸਾਲ ਹੋਇਆ ਤੇ ਇੱਥੇ 26 ਨੂੰ ਉੱਥੇ ਵਿਸਾਲ ਹੋਇਆ 27 ਨੂੰ ਇੱਥੇ ਲਿਆ ਕੇ ਤੇ ਇਹਨਾਂ ਨੂੰ ਸਪੁਰਦ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਹ ਬ੍ਰਹਮਣ ਦਾ ਜਿੱਥੋਂ ਕਿੱਸਾ ਸ਼ੁਰੂ ਹੋਇਆ ਲਿੰਕ ਕਰੋ ਨਾ ਰਣਜੀਤ ਸਿੰਘ ਕਿਸ ਤਰ੍ਹਾਂ ਮੁਤਾਸਰ ਕਿਹੜੀ ਗੱਲ ਤੋਂ ਮੁਤਾਸਰ ਹੋਇਆ ਜੀ ਜੀ ਨਹੀਂ ਹੋ ਗਿਆ ਜੀ ਕੋਈ ਮਸਲਾ ਨੀ ਉਹਨਾਂ ਨੇ ਐਡ ਕਰਤਾ ਇੱਕ ਗੱਲ ਉਹ ਇਸ ਤਰ੍ਹਾਂ ਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਕੁਛ ਕੁਛ ਜਿਹੜੇ ਸਨ ਕੈਦ ਕੀਤੇ ਹੋਏ ਸਨ ਜਿਸ ਤਰ੍ਹਾਂ ਅੱਛਾ ਚੁਣਾਚੇ ਇਹਨਾਂ ਵੀ ਬ੍ਰਾਹਮਣ ਬਿਮਾਰੀ ਹੋਈ ਸੀ ਬਿਮਾਰੀ ਕਾਹਦੀ ਜੀ ਉਹਨੂੰ ਕੋਹੜ ਦੀ ਬਿਮਾਰੀ ਹੋਈ ਉਹਦੇ ਵਾਲਦੈਨ ਨੇ ਉਹਨਾਂ ਨੂੰ ਘਰੋਂ ਕੱਢਤਾ ਘਰੋਂ ਕੱਢਤਾ ਤੇ ਉਹ ਇੱਥੇ ਆ ਗਈ ਅੱਬਾ ਜੀ ਦੇ ਕੋਲ ਉਹਨੂੰ ਅੱਲਾ ਨੇ ਮਿਹਰਬਾਨੀ ਕੀਤੀ ਇਹਨਾਂ ਦੀ ਦੁਆ ਨਾਲ ਰੱਬ ਨੇ ਛਪਾ ਦਿੱਤੀ ਮੁੜ ਕੇ ਫਿਰ ਉਹਨੂੰ ਕਹਿਣ ਬੀਬੀ ਨੂੰ ਤੂੰ ਚੱਲ ਘਰ ਉਹ ਕਹਿੰਦੀ ਮੈਂ ਨੀ ਹੁੰਦਾ ਕਿਹਾ ਜੀ ਉਹ ਫਿਰ ਰਾਜਾ ਰਣਜੀਤ ਸਿੰਘ ਦੇ ਗਏ ਉੱਥੇ ਜਾ ਕੇ ਤੇ ਉਹਨਾਂ ਨੇ ਆਖਿਆ ਰਾਤ ਦੇ ਬਰਮਨ ਸਨ ਹਾਂਜੀ ਹਾਂਜੀ ਉਹ ਫਿਰ ਉੱਥੇ ਗਏ ਕਿ ਜੀ ਇਸ ਤਰ੍ਹਾਂ ਉਹਨਾਂ ਨੇ ਸਾਡੀ ਔਰਤ ਕੀ ਇਲਜ਼ਾਮ ਲਾਇਆ ਠੀਕ ਉਹ ਫਿਰ ਉਹਨਾਂ ਨੇ ਆਪਣੇ ਫੌਜੀ ਭੇਜੇ ਰਾਜਾ ਰਣਜੀਤ ਸਿੰਘ ਨੇ ਉਹ ਇਹਨਾਂ ਨੂੰ ਨਾ ਲੈ ਕੇ ਚਲੇ ਗਏ ਉੱਥੇ ਕੈਦ ਕੀਤਾ ਉਹਨਾਂ ਜਾ ਕੇ ਉੱਥੇ ਹੋਰ ਵੀ ਕੈਦੀ ਆਏ ਸਨ ਆਪ ਫਿਰ ਆਪਣੇ ਰੂਹਾਨੀ ਕੈਦ ਉਹਨਾਂ ਨੇ ਕੀਤਾ ਸੀ ਜੇਲ੍ਹ ਚ ਜਦੋਂ ਨਮਾਜ਼ ਦਾ ਟਾਈਮ ਹੋਣਾ ਆਪਣੇ ਜੇਲ੍ਹ ਤੋਂ ਬਾਹਰ ਆ ਕੇ ਨਮਾਜ਼ ਪੜ੍ਹਦੇ ਆਉਣਾ ਫੌਜੀਆਂ ਨੇ ਫੇਰ ਫੜ ਕੇ ਅੰਦਰ ਕਰਨਾ ਉਹ ਨਮਾਜ਼ ਦੇ ਟਾਈਮ ਤੇ ਫੇਰ ਬਾਬਾ ਜੀ ਨੇ ਬਾਹਰ ਆ ਕੇ ਤੇ ਨਮਾਜ਼ ਪੜ੍ਹਨੀ ਉਹ ਇਸ ਤਰ੍ਹਾਂ ਕਿੱਸਾ ਚੰਦ ਦਿਨ ਚੱਲਦਾ ਰਿਹਾ ਉਹ ਦਰਬਾਰ ਰਾਜਾ ਰਣਜੀਤ ਸਿੰਘ ਦੇ ਸ਼ਿਕਾਇਤ ਚਲੀ ਗਈ ਜੀ ਇੱਥੋਂ ਉਹਨਾਂ ਨੇ ਅਸੀਂ ਇਹ ਗੱਲ ਕਰ ਸਕਦੇ ਹਾਂ ਇਹ ਉਹਨਾਂ ਦੀ ਪਹਿਲੀ ਕਰਾਮਤ ਸੀ ਸਾਡੀ ਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਕਰਾਮਤ ਉਹਨਾਂ ਦੀਆਂ ਹੋਰ ਵੀ ਨੇ ਲੇਕਿਨ ਰਾਜਾ ਰਣਜੀਤ ਸਿੰਘ ਨਾਲ ਜਿਹੜੀ ਲਿੰਕ ਹੁੰਦੀ ਹੈ ਨਾ ਜਾਂ ਆਪਣਾ ਸ਼ਾਹ ਸਾਹਿਬ ਦੀ ਜਿਹੜੀ ਦਰਵੇਸ਼ੀ ਸੀ ਉਹ ਇੱਥੋਂ ਵਾਸ ਹੋਈ ਹੈ ਮਤਲਬ ਕਿ ਜਿਹੜੇ ਅੱਲਦ ਬੜੇ ਉਹ ਨੇਕ ਬਜ਼ੁਰਗ ਨੇ ਉਹ ਫਿਰ ਉਹਨਾਂ ਨੂੰ ਉੱਥੇ ਲੈ ਗਏ ਠੀਕ ਹੈ ਉਹਨੂੰ ਆਰਡਰ ਕੀਤਾ ਫੌਜੀਆਂ ਨੂੰ ਕਿ ਜੀ ਉਹਨਾਂ ਨੂੰ ਇੱਥੇ ਲਿਆਓ ਅੱਛਾ ਠੀਕ ਹੈ ਉਹ ਦਰਬਾਰ ਰਾਜਾ ਰਣਜੀਤ ਸਿੰਘ ਦੇ ਲੈ ਗਏ ਠੀਕ ਹੈ ਉਹਨਾਂ ਨੇ ਫਿਰ ਉਹ ਸਾਰਾ ਕਿੱਸਾ ਪੁੱਛਿਆ ਆਪਨੇ ਫਿਰ ਆਪਣਾ ਕਲਾਮ ਪੜ ਕੇ ਸੁਣਾਇਆ ਠੀਕ ਹੈ ਉਸ ਤੋਂ ਬੜਾ ਮੁਤਾਸਰ ਹੋਇਆ ਉਹਨੇ ਫਿਰ ਆਪਣੇ ਨਾਲ ਉਹਨਾਂ ਨੂੰ ਜਗ੍ਹਾ ਦਿੱਤੀ ਫਿਰ ਇੱਕ ਅਰਸਾ ਆਇਆ ਕਿ ਰਾਜਾ ਰਣਜੀਤ ਸਿੰਘ ਬਹੁਤ ਸਖ਼ਤ ਬਿਮਾਰ ਹੋ ਗਿਆ ਠੀਕ ਕਰੀਬ ਮਰਗ ਹੋ ਗਿਆ ਜੀ ਤੇ ਉਹ ਕਿਸੇ ਹਕੀਮ ਤਬੀਬ ਕੋਲੋਂ ਉਹਦਾ ਇਲਾਜ ਨਹੀਂ ਹੋਇਆ ਉਹਨੇ ਨਾ ਇਹਨਾਂ ਨੂੰ ਬਾਬਾ ਜੀ ਨੂੰ ਬੁਲਾਇਆ ਔਰੰਗਜ਼ੇਬ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਇਹਨਾਂ ਦਾ ਇਲਾਜ ਕੀਤਾ ਰਾਜਾ ਰਣਜੀਤ ਸਿੰਘ ਦਾ ਕਲਾਮ ਵੀ ਸੁਣਾਉਂਦੇ ਸੀ ਉਹ ਮੁਤਾਸਰ ਵੀ ਹੋਣਾ ਸ਼ੁਰੂ ਹੋ ਗਿਆ ਆਸਤਾ ਆਸਤਾ ਫਿਰ ਇੱਕ ਮਦਦ ਜ਼ਰੀਏ ਵੀ ਉਹਨਾਂ ਨੇ ਉਹਦਾ ਇਲਾਜ ਕੀਤਾ
ਉਹ ਫਿਰ ਬਾਅਦ ਚੋਂ 5 ਸਾਲ ਜ਼ਿੰਦਾ ਵੀ ਰਿਹਾ ਉਸ ਚੀਜ਼ ਤੋਂ ਮੁਤਾਸਰ ਹੋ ਕੇ ਉਹਨੇ ਫਿਰ ਇਹ ਜਗੀਰ ਦਿੱਤੀ ਸੀ ਉਹਨਾਂ ਨੂੰ ਉਹ ਤੁਸੀਂ ਦੱਸ ਸਕਦੇ ਟੋਟਲ ਰਾਜ਼ੀ ਕਿੰਨੀ ਸੀ ਜਿਹੜਾ ਕੋਈ ਨਹੀਂ ਉਧਰ ਮੁਖਤਲਿਫ ਜਗ੍ਹਾ ਇੰਡੀਆ ਚ ਵੀ ਸੀ ਇੱਥੇ ਵੀ ਸੀ ਪਾਕਿਸਤਾਨ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਇਕੱਠਾ ਹੀ ਸੀ ਉਦੋਂ ਜਗਦੇ ਜ਼ਿਲ੍ਹਾ ਅੰਮ੍ਰਿਤਸਰ ਸੀ ਨਾ ਇਕੱਠਾ ਹੀ ਸੀ ਉਹਨੇ ਦਿੱਤੀ ਸੀ ਤੇ ਉਹ ਫਿਰ ਇਹਨਾਂ ਨੇ ਤਕਸੀਮ ਕਰਤੀ ਵੀ ਸਾਡੇ ਫਕੀਰ ਲੋਕਾਂ ਦੀ ਇਹ ਚੀਜ਼ ਨਹੀਂ ਫਕੀਰਾਂ ਦਾ ਸੇਵਾ ਜਿੱਥੇ ਜਿੱਥੇ ਪਿੰਡ ਹੈ ਚਲੋ ਉਹਨਾਂ ਨੂੰ ਦੇ ਦਿੱਤੀ ਲੋਕਾਂ ਨੂੰ ਆਬਾਦ ਕਰਤਾ ਸਾਡੇ ਨਹੀਂ ਅੱਛਾ ਅੱਛਾ ਜੀ ਇੱਕ ਗੱਲ ਹੋਰ ਪੰਜਾਬੀ ਅਦਬ ਬਹੁਤ ਵੱਡਾ ਨਾਂ ਛੋਟਾ ਨਾਂ ਨੀ ਮੈਂ ਅਗਰ ਗੱਲ ਕਰਾਂ ਕਿ ਚਾਹੇ ਪਾਕਿਸਤਾਨ ਚ ਚਾਹੇ ਸਿੱਖ ਕਮਿਊਨਿਟੀ ਦੇ ਵਿਚ ਬਿਲਖਸੂਸ ਬਹੁਤ ਸਾਰੇ ਐਸੇ ਸਟੂਡੈਂਟ ਜਿਨ੍ਹਾਂ ਨੇ PhD ਕੀਤੀ ਬਕਾਇਦਾ ਇਸ ਨਾਂ ਤੇ ਠੀਕ ਹੈ ਤੇ ਇਹਦੇ ਬਾਰੇ ਥੋੜੀ ਰੋਸ਼ਨੀ ਪਾਓ ਕਿ ਜਿਹੜਾ ਇਹਨਾਂ ਨੇ ਪੰਜਾਬੀ ਦੇ ਵਿਚ ਲਿਖਣਾ ਸਟਾਰਟ ਕੀਤਾ ਉਸ ਵੇਲੇ ਕੀ ਤੁਸੀਂ ਬਜ਼ੁਰਗਾਂ ਕੋਲ ਸੁਣਿਆ ਇਹਨਾਂ ਦੀ ਉਮਰ ਕਿੰਨੀ ਸੀ ਜਾਂ ਕਿਸ ਤਰ੍ਹਾਂ ਇਸ ਪਾਸੇ ਮਤਲਬ ਕਿ ਇਹਨਾਂ ਦਾ ਲਗਾਅ ਹੋਇਆ ਇਹਦੇ ਬਾਰੇ ਵੀ ਤੁਸੀਂ ਕੀ ਕੁਝ ਆਪਣੇ ਬਜ਼ੁਰਗਾਂ ਦੀ ਦਰਅਸਲ ਸਾਨੂੰ ਆਪਣੇ ਵਾਲਦ ਸਾਹਿਬ ਕੋਲੋਂ ਹੀ ਜੀ ਜੀ ਮਿਲੀ ਇਹ ਚੀਜ਼ ਜੀ ਤੇ ਉਥੋਂ ਹੀ ਉਹਨਾਂ ਨੇ ਫਿਰ ਸ਼ੁਰੂ ਕੀਤਾ ਤੇ ਦਰਵੇਸ਼ੀ ਦਾ ਇਖਤਿਆਰ ਕੀਤੀ ਜੀ ਤੇ ਫਿਰ ਉਹ ਸ਼ੇਰ ਇਹਨਾਂ ਦਾ ਗਿੱਲ ਗਿੱਲਾਂ ਦੇ ਮਿੱਟੀ ਨੂੰ ਹਾਂ ਗਿੱਲ ਸੀ ਗੁੱਲ ਬਣਾਏ ਖਾਲਕ ਤੇ ਕੀਤੀ ਰੰਗਾ ਰੰਗੀ ਮਿੱਟੀ ਚੋਂ ਫੁੱਲ ਗਿੱਲ ਸੀ ਗੁੱਲ ਬਣਾਏ ਖਾਲਕ ਤੇ ਕੀਤੀ ਰੰਗੀ ਰੰਗਾ ਰੰਗੀ ਕੋਈ ਜ਼ਾਹਿਰ ਕੋਈ ਮਸਤ ਬਣਾਏ ਕੋਈ ਸੁਖੀ ਕੋਈ ਪੰਗੀ ਸੱਤਰ ਦੋ ਬਹੱਤਰ ਫਿਰ ਕੇ ਰਹਿਣਾ ਮੈਂ ਸ਼ਾ ਚੰਗੀ ਆ ਸ਼ਮਸ਼ਾ ਕਰ ਲੱਖ ਸ਼ੁਕਰਾਨਾ ਨਾ ਸਮਝੋ ਕੀਤੀ ਸੋਚਣ ਚੰਗੀ ਵਾਹ ਜੀ ਵਾਹ ਇਹ ਯਾਨੀ ਇਹ ਉਹਨਾਂ ਦੀ ਥਾਟ ਜਿਹੜਾ ਪੀਰੀਅਡ ਹਜ਼ਰਤ ਪੀਰ ਬਾਰਿਸ਼ ਸ਼ਾਹ ਰਹਿਮਤੁੱਲਾਹ ਅਲੈਹ ਦਾ ਸੇਮ ਦੌਰ ਇਹ ਨਾਲ ਨਾਲ ਦੌੜਦੇ ਨੇ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾਹ ਅਲੈਹ ਦਾ ਦੌਰ ਇਹਨਾਂ ਤੋਂ ਬਾਅਦ ਇਹਨਾਂ ਤੋਂ ਬਾਅਦ ਹਾਂਜੀ ਉਹ ਇਹਨਾਂ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਕਿਤਾਬ ਏ ਉਹਦੇ ਚ ਇਹਨਾਂ ਦੀ ਬੜੇ ਅੱਛੇ ਲਫ਼ਜ਼ਾਂ ਧਰੀ ਧਰੀ ਸੀ ਇਹਨਾਂ ਦੀ ਸ਼ਾਇਰੀ ਦੀ ਅਠਾਰਾਂ ਸੌ 57 ਦੀ ਜੰਗ ਆਜ਼ਾਦੀ ਨੀ ਹੁੰਦੀ 1843 ਦੀ ਪੈਦਾਇਸ਼ 1735 ਦੀ 1735 ਦੀ ਪੈਦਾਇਸ਼ 1735 ਤੋਂ ਲੈ ਕੇ 1843 ਦਾ 108 ਸਾਲ ਦੀ ਉਮਰ ਸੈਯਦ ਆਸ਼ਮ ਸ਼ਾਹ ਰਹਿਮਤੁੱਲਾਹ ਅਲੈਹ ਇਹ ਉਹਨਾਂ ਦਾ ਪੀਰੀਅਡ 108 ਸਾਲ ਉਮਰ ਔਰ ਪੰਜਾਬੀ ਦੇ ਤੁਸੀਂ ਡਿਜੀਟਲ ਲਾਇਬ੍ਰੇਰੀਆਂ ਮੈਂ ਸਟੱਡੀ ਕੀਤੀਆਂ ਨੇ ਇੰਡੀਆ ਦੀਆਂ ਪ੍ਰੋਫੈਸਰ ਹਰਨਾਮ ਸਿੰਘ ਸ਼ਾਨ ਜਿਹਨੇ PhD ਕੀਤੀ ਸੀ ਇਹਨਾਂ ਦੇ ਉੱਤੇ ਸਭ ਤੋਂ ਪਹਿਲੀ ਇੰਗਲੈਂਡ ਦੇ ਵਿੱਚੋਂ ਉਹਨਾਂ ਦੀ ਕਿਤਾਬਾਂ ਪੰਜਾਬੀ ਦੇ ਬਾਨੀਆਂ ਦੇ ਵਿੱਚ ਇਹ ਮੁੱਦਬਰ ਨਾਂ ਸੀ ਪੰਜਾਬੀ ਜ਼ਬਾਨ ਦੇ ਬਾਨੀਆਂ ਦੇ ਵਿੱਚ ਇਹਨਾਂ ਦਾ ਇੱਕ ਨਾਮ ਸੀ ਪੀਰ ਵਾਰਿਸ ਸ਼ਾਹ ਰਹਿਮਤੁੱਲਾਹ ਅਲੈਹ ਔਰ ਮੀਆਂ ਮੁਹੰਮਦ ਬਖਸ਼ ਸਾਹਿਬ ਉਸ ਤੋਂ ਪਹਿਲਾਂ ਬਜ਼ੁਰਗ ਹੋਏ ਨੇ ਇਹ ਸਾਰੇ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਪੰਜਾਬੀ ਜ਼ਬਾਨ ਰਾਇਜ ਕੀਤੀ ਜੀ ਬਿਲਕੁਲ ਆਪਣੇ ਇਖਲਾਕ ਨਾਲ ਇੱਥੇ ਤਬਲੀਗ ਦੇ ਸਿਲਸਿਲੇ ਚ ਗਾ ਰਹੇ ਇਹਨਾਂ ਦੇ ਵਾਲਦ ਸਾਹਿਬ ਨੇ ਉਹਨਾਂ ਦੀ ਡਿਊਟੀ ਜਦੋਂ ਲੱਗੀ ਸੀ ਤਬਲੀਗ ਦੇ ਸਿਲਸਿਲੇ ਚ ਉਦੋਂ ਮਸਜਿਦ ਨਬਵੀ ਤੋਂ ਡਿਊਟੀਆਂ ਲੱਗਦੀਆਂ ਸਨ ਤੇ ਜਗਦੇਵ ਇਹਨਾਂ ਦੀ ਡਿਊਟੀ ਲੱਗੀ ਇਸ ਜ਼ਿਲ੍ਹੇ ਦੇ ਵਿਚ ਇਹ 4 ਸਾਲ ਦੇ ਸਨ ਜਦੋਂ ਆਪਣੇ ਵਾਲਦ ਸਾਹਿਬ ਦੇ ਨਾਲ ਤੋਂ 4 ਸਾਲ ਦੇ ਸਨ ਤੇ ਵਾਲਦ ਸਾਹਿਬ ਦੇ ਨਾਲ ਇੱਥੇ ਹਿਜਰਤ ਕੀਤੀ 14 ਸਾਲ ਉਮਰ ਸੀ 14 ਸਾਲ ਦੀ ਉਮਰ ਸੀ ਜਦੋਂ ਹਾਜੀ ਮੁਹੰਮਦ ਸ਼ਰੀਫ ਸਾਹਿਬ ਦਾ ਵਿਸਾਲ ਹੋਇਆ ਠੀਕ ਉਹਨਾਂ ਨੇ ਬਹਾਦਰੀ ਫੈਜ ਸਰਕਾਰ ਆਜ਼ਮ ਸ਼ਾਹ ਸਾਹਿਬ ਤੇ ਸੀਨੇ ਨਾਲ ਲਾ ਕੇ ਉਹਨਾਂ ਨੂੰ ਮੁੰਤਕਲ ਕਰ ਦਿੱਤਾ ਬਹੁਤ ਜ਼ਿਆਦਾ ਕਲਾਮ ਹੈ ਬਹੁਤ ਜ਼ਿਆਦਾ ਕਲਾਮ ਹੈ ਸੈਯਦ ਆਜ਼ਮ ਸ਼ਾਹ ਸਾਹਿਬ ਦਾ ਚਲੋ ਕੁਛ ਸ਼ੇਰ ਮੈਂ ਵੀ ਮਤਲਬ ਨਜ਼ਰ ਕਰਨਾ ਨਾ ਮਿੱਥੀ ਨਾ ਮਿੱਥ ਕੇ ਤੁਰਿਆ ਉਨ ਤੋਰ ਦਿੱਤਾ ਸੀ ਤੋਰ ਆਏ ਬੈਠਣ ਯੋਗ ਨਾ ਮਿੱਥ ਕੇ ਬੈਠੇ ਉਨ ਆਪੇ ਚਾਹ ਬਿਠਾਏ ਕੁਝ ਮਲੂਮ ਨਹੀਂ ਪਰ ਹਿਕਮਤ ਕਿਤ ਵੱਲ ਤੋਰ ਲੈ ਜਾਏ ਹਾਸ਼ਮ ਆਪ ਕਰੇ ਸਭ ਕਾਰਨ ਵਿੱਚ ਹਿਕਮਤ ਅਸੀਂ ਬਣਾਏ ਮਾਰਫਤ ਦਾ ਬਹੁਤ ਸਾਰਾ ਕਲਾਮ ਸੈਯਦ ਆਜ਼ਮ ਸ਼ਾਹ ਸਾਹਿਬ ਨੇ ਬਹੁਤ ਸਾਰਾ ਖਜ਼ਾਨਾ
ਛੱਡਿਆ ਵੇ ਸਾਡੇ ਲਈ ਮਗਰ ਇਹ ਤੇ ਵਕਤ ਨਸੀਬ ਨੇ ਨਾ ਜਿਨ੍ਹਾਂ ਜਿਨ੍ਹਾਂ ਨੂੰ ਮਾਲਕ ਦੇ ਦਿੰਦਾ ਬਹੁਤ ਕੁਝ ਲਿਖਿਆ ਕਾਫ ਕਦਰ ਪਛਾਣ ਤੇ ਜਾਨ ਮੀਆਂ ਪਿਆ ਵਾਹਿਰ ਦਿਸਦਾ ਖਾਕ ਹੈ ਤੂੰ ਤੇ ਜੇ ਬਾਤ ਨੀ ਭੇਤ ਮਾਲੂਮ ਹੋਵੇ ਇਸ ਹਾਲ ਦੀ ਖੁਆਰੀਓਂ ਪਾਕ ਹੈ ਤੂੰ ਦੁੱਖ ਸੁੱਖ ਨਾ ਮਾਮਲਾ ਮੌਤ ਤੈਨੂੰ ਹੋਰ ਕਿਸੇ ਦਾ ਅੰਗ ਨਾ ਸਾਖ ਹੈ ਤੂੰ ਹਾਸ਼ਮ ਸ਼ਾਹ ਤੂੰ ਜਿਸ ਨੂੰ ਢੂੰਡਦਾ ਹੈ ਤੇਰੇ ਵਿੱਚ ਹੈ ਆਪਣਾ ਆਪ ਹੈ ਬੜਾ ਸਰਕਾਰ ਦੇ ਨਾਲ ਬਹੁਤ ਕਲਾਮ ਹੈ ਇਸ ਤਰ੍ਹਾਂ ਹੀ ਮੈਂ ਛੋਟਾ ਛੋਟਾ ਸਰਕਾਰ ਦਾ ਕੋਈ ਹਜ਼ੂਰ ਗੌਸ਼ ਪਾਕ ਸਰਕਾਰ ਨਾਲ ਬਾਤ ਨੀ ਫੈਦ ਇੰਨਾ ਜ਼ਿਆਦਾ ਹਾਸ਼ਮ ਸ਼ਾਹ ਸਾਹਿਬ ਨੂੰ ਸਰਕਾਰ ਗੌਸ਼ ਪਾਕ ਵੱਲੋਂ ਇੰਨੀਆਂ ਕੁ ਮਦਾਵਾਂ ਲਿਖੀਆਂ ਹਾਸ਼ਮ ਸ਼ਾਹ ਸਾਹਿਬ ਨੇ ਵੀ ਦੁਨੀਆਂ ਜਾਣਦੀ ਹੈ ਕਲਾਮ ਤੇ ਕਲਾਮ ਸੈਂਤੀ ਕਿਤਾਬਾਂ ਸੈਯਦ ਆਸ਼ਮ ਸ਼ਾਹ ਸਾਹਿਬ ਕੁਝ ਫਾਰਸੀ ਚ ਸੱਤਾਂ ਜ਼ੁਬਾਨਾਂ ਚ ਜਾਰੀ ਕੀਤੀ ਲਿਹਾਜ਼ਾ ਸਿਰਫ ਕੁਝ ਨਮੂਨੇ ਦੇ ਤੌਰ ਤੇ ਸਰਕਾਰ ਗੌਸ਼ ਪਾਕ ਨਾਲ ਕਿੰਨੀ ਕੁ ਅਕੀਦਤ ਮੁਹੱਬਤ ਸੀ ਹਾਸ਼ਮ ਸ਼ਾਹ ਸਾਹਿਬ ਦੀ ਅਲਫ ਇਕ ਤੂੰ ਹੈ ਕਈ ਲੱਖ ਤੂੰ ਹੈ ਜੀਆ ਜੰਤ ਤੂੰ ਹੈ ਸਭ ਨੂਰ ਤੇਰਾ ਫੁੱਲ ਪਾਤ ਤੂੰ ਹੈ ਦਿਨ ਰਾਤ ਤੂੰ ਹੈ ਲੋਹੋ ਕਲਮ ਤਮਾਮ ਜ਼ਹੂਰ ਤੇਰਾ ਦਸਤਵੀਰ ਜਹਾਦ ਮਲਾ ਤੂੰ ਹੈ ਦਰਿਆ ਤੂੰ ਹੈ ਸਭ ਪੂਰ ਤੇਰਾ ਗੌਸ਼ ਪਾਕ ਜਿਆ ਜਿਸ ਦਾ ਪੀਰ ਹਾਸ਼ਮ ਕਰੇ ਵਾਜਬੀ ਮਾਨ ਗਰੂਰ ਤੇਰਾ ਹੋਰ ਵੀ ਕੁਝ ਇੱਕ ਦੋ ਬਹੁਤ ਜ਼ਿਆਦਾ ਅੱਜ ਦੀ ਨਾਲ ਮਤਲਬ ਸਰਕਾਰ ਲਿਖਦੇ ਨੇ ਤੂੰ ਦਾਤ ਸਹੀ ਸੁਬਹਾਨੀ ਹੋ ਬਰ ਹੱਕ ਮਹਬੂਬ ਰਬਾਨੀ ਹੋ ਤੂੰ ਸ਼ਾਹੇ ਸ਼ਾਹਾਂ ਜਲਾਨੀ ਹੋ ਵਿੱਚ ਦੀਨ ਦੁਨੀ ਲਾਸਾਨੀ ਹੋ ਯਾ ਹਜ਼ਰਤ ਗੌਸਲ ਆਦਮ ਜੀ ਤੂੰ ਬਖਸ਼ੋ ਫਕਰ ਫਕੀਰਾਂ ਨੂੰ ਤੂੰ ਦਿਓ ਕਰਾਮਤ ਪੀਰਾਂ ਨੂੰ ਤੂੰ ਸ਼ਾਦ ਕਰੋ ਦਿਲਗੀਰਾਂ ਨੂੰ ਤੂੰ ਕਰੋ ਕਲਾਸ ਅਸੀਰਾਂ ਨੂੰ ਯਾ ਹਜ਼ਰਤ ਗੌਸਲ ਆਦਮ ਜੀ ਬੜੀ ਮਜ਼ੇ ਦੀ ਬਾਤ ਹੈ ਬੇਬੀ ਉਹਨਾਂ ਗਹਿਰਾ ਦਨੀ ਸਾਹਮਣੇ ਬਿਠਾ ਕੇ ਗੱਲਾਂ ਕਰਦੀਆਂ ਤੂੰ ਦੀਨ ਦੁਨੀ ਦੇ ਵਾਲੀ ਹੋ ਇਸ ਬਾਗ ਦਿਲਾਂ ਦੇ ਮਾਲੀ ਹੋ ਵਿੱਚ ਵਿੱਚ ਹਰ ਹਰ ਪਤ ਪਤ ਡਾਲੀ ਹੋ ਸੁਲਤਾਨ ਮਰਾਤਬ ਆਲੀ ਹੋ ਯਾ ਹਜ਼ਰਤ ਗੌਸਲ ਆਜ਼ਮ ਜੀ ਮੁਝ ਐਬਾਂ ਦਾ ਕੁਝ ਬਿਆਨ ਨਹੀਂ ਬਿਨ ਵਧੀਆਂ ਹੋਰ ਧਿਆਨ ਨਹੀਂ ਵਿੱਚ ਨੇਕੀ ਲੋਨ ਸਮਾਨ ਨਹੀਂ ਬਿਨ ਤੇਰੇ ਹੋਰ ਮਕਾਨ ਨਹੀਂ ਯਾ ਹਜ਼ਰਤ ਗੌਸਲ ਆਜ਼ਮ ਜੀ ਮੈਂ ਬੂ ਬਰਿਆਈਆਂ ਕਰਦਾ ਹਾਂ ਪਰ ਦਿਲ ਤੇ ਖੌਫ ਨਾ ਕਰਦਾ ਹਾਂ ਇਸ ਖਾਤਰ ਕਵੇ ਨਾ ਡਰਦਾ ਹਾਂ ਜੋ ਦਾਸਤ ਸਾਡੇ ਦਰਦਾ ਹਾਂ ਯਾ ਹਜ਼ਰਤ ਗੌਸਲ ਆਜ਼ਮ ਜੀ ਤਦ ਪਦ ਅਮਲੀ ਵਿੱਚ ਕਾਇਲ ਨੂੰ ਵਿੱਚ ਹਿਸ ਜਹਾਨੀ ਮਾਇਲ ਨੂੰ ਤੂੰ ਬਖਸ਼ੋ ਮਰਹਮ ਗਾਇਲ ਨੂੰ ਇਸ ਹਾਸ਼ਮ ਆਜਦ ਸਾਇਲ ਨੂੰ ਯਾ ਹਜ਼ਰਤ ਗੌਸਲ ਆਜ਼ਮ ਜੀ ਇਹ ਮੈਂ ਨਮੂਨਾ ਵਰਨਾ ਬਹੁਤ ਜ਼ਿਆਦਾ ਕਲਾਮ ਗਿਆ ਬੜੀਆਂ ਮੈਂ ਨੁਕਤਾਂ ਲਿਖੀਆਂ ਮੁਹੱਬਤ ਦਾ ਬੜਾ ਖਜ਼ਾਨਾ ਹੈ ਚਾਰ ਬਾਰ ਕਿਤਾਬ ਜਿਹੜੀ ਇੱਕ ਨਾਯਾਬ ਮਤਲਬ ਤੋਹਫਾ ਵੇ ਫਕਰ ਦੀ ਲੈਣ ਦੇ ਜਿਹੜੇ ਮੁਸਾਫਰ ਨੇ ਅੱਛਾ ਜੀ ਤੁਸੀਂ ਆਪਣਾ ਬਜ਼ੁਰਗਾਂ ਨੇ ਗੱਲਬਾਤ ਕੀਤੀ ਉਹਨਾਂ ਦੀਆਂ ਟੋਟਲ 37 ਕਿਤਾਬਾਂ ਸਨ ਤੇ 7 ਜ਼ੁਬਾਨਾਂ ਦੇ ਵਿੱਚ 7 ਜ਼ੁਬਾਨਾਂ ਦੀ ਸ਼ਾਇਰੀ ਸੀ ਉਹਨਾਂ ਦੀ ਅੱਛਾ ਜੀ ਹਾਂਜੀ ਮਤਲਬ ਉਹ ਉਹਨਾਂ ਨੂੰ ਖੁਦ ਵੀ ਪੂਰਾ ਹਾਸਲ ਸੀ 7 ਜ਼ੁਬਾਨਾਂ ਦੇ ਜਾਂ ਬਾਅਦ ਵਿੱਚ ਉਹ ਮਤਲਬ ਟਰਾਂਸਲੇਟ ਹੋਈਆਂ ਤੁਸੀਂ ਨਹੀਂ 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 7 ਜ਼ੁਬਾਨਾਂ ਚ ਉਹਨਾਂ ਸ਼ਾਇਰੀ ਕੀਤੀ ਹੈ ਬਕਾਇਦਾ ਰਿਟਨ ਹੈਗੀ ਉਹ ਸ਼ਾਇਰੀ 7 ਜ਼ੁਬਾਨਾਂ ਦੇ ਵਿੱਚ ਕੀ ਬਾਤ ਹਾਂਜੀ ਕੀ ਬਾਤ ਉਹ ਕਿਤਾਬਾਂ ਨੇ ਬਕਾਇਦਾ 37 ਕਿਤਾਬਾਂ ਉਹ ਬਿਲਕੁਲ ਹੈ ਨੇ ਉਹਨਾਂ ਦੇ ਨਾਮ ਵੀ ਹੈਗੇ ਨੇ ਲੈਂਗੁਏਜ ਉਰਦੂ ਉਰਦੂ ਹਿੰਦੀ ਸੰਸਕ੍ਰਿਤ ਸ਼ਾਹਮੁਖੀ ਫਾਰਸੀ ਠੀਕ ਹੈ ਨਾ ਜੀ ਇੱਕ ਉਹਨਾਂ ਦੀ ਸ਼ਾਹ ਆਉਂਦੀ ਉਧਰ ਵੀ ਇੱਕ ਹੋਰ ਲੈਂਗੁਏਜ ਸ਼ਾਹ ਰਾਜ ਸ਼ਾਹਮੁਖੀ ਕਰਕੇ ਇਸ ਤਰ੍ਹਾਂ ਦੀ ਯਾਨੀ 7 ਜ਼ੁਬਾਨਾਂ ਦੇ ਵਿੱਚ ਉਹ ਹੈਗੀਆਂ ਕਿਤਾਬਾਂ ਵੀ ਹੈ ਨੇ ਅੱਛਾ ਅੱਛਾ ਹਾਂਜੀ 7 ਜ਼ੁਬਾਨਾਂ ਦੇ ਵਿੱਚ ਉਹਨਾਂ ਨੂੰ ਕਬੂਲ ਹਾਸਲ ਸੀ ਹਾਂਜੀ ਉਹ 7 ਜ਼ੁਬਾਨਾਂ ਦੇ ਵਿੱਚ ਯਾਨੀ ਪੰਜਾਬੀ ਦਾ ਮੈਨੂੰ ਪੰਜਾਬੀ ਚ ਮਤਲਬ ਛਾਪਦਾ ਰਿਹਾ ਹਾਂਜੀ ਇਸ ਤਰ੍ਹਾਂ ਹਿੰਦੀ ਚ ਛਾਪਦਾ ਰਿਹਾ ਹਾਂਜੀ ਹਾਂਜੀ ਯਾਨੀ ਕਿ ਇਹ ਤਾਂ ਨਹੀਂ ਕਿ ਪੰਜਾਬੀ ਚ ਉਹਨਾਂ ਨੇ ਲਿਖਿਆ ਤੇ ਉਹ ਹਿੰਦੀ ਚ ਛਾਪਿਆ ਜਿਹੜੀਆਂ ਤੇ ਹਿੰਦੀ ਚ ਪ੍ਰਿੰਟ ਹੋਈਆਂ ਨੇ ਨਾ ਉਹ ਉੱਥੇ ਇੰਡੀਆ ਦੇ ਵਿੱਚ ਪ੍ਰਿੰਟ ਹੋਈਆਂ ਹਾਂ ਉਹਨਾਂ ਦਾ ਬਕਾਇਦਾ ਨਾਮ ਵੀ ਹਿੰਦੀ ਦੇ ਵਿੱਚ ਹੀ ਨੇ ਗਿਆਨ ਪ੍ਰਕਾਸ਼ ਹੋ ਗਿਆ
ਠੀਕ ਹੈ ਰਾਜਨੀਤੀ ਗਿਆਨ ਪ੍ਰਕਾਸ਼ ਇਹ ਸਾਰੀਆਂ ਕਿਤਾਬਾਂ ਦੇ ਡਿਟੇਲ ਤਾਂ ਹੁੰਦੇ ਨੇ ਜੀ ਠੀਕ ਹੋ ਠੀਕ ਹੈ ਨਾ ਜੀ ਉਹ ਸਾਰੀਆਂ ਜਿਹੜੀ ਫਾਰਸੀ ਦੇ ਵਿੱਚ ਉਹਦਾ ਫਾਰਸੀ ਦਾ ਫਕਰਨਾਮਾ ਹੋ ਗਿਆ ਉਹ ਫਾਰਸੀ ਚ ਕਲਾਮ ਉਹ ਨਾਂ ਵੀ ਫਾਰਸੀ ਦੇ ਨੇ ਜਿਹੜੇ ਹਿੰਦੀ ਦੇ ਨੇ ਉਹ ਹਿੰਦੀ ਚ ਇੱਕ ਪੰਜਾਬੀ ਦੇ ਵਿੱਚ ਜਿਹੜਾ ਜ਼ਿਆਦਾ ਸੈਯਦ ਹਾਸ਼ਮ ਸ਼ਾਹ ਸਾਹਿਬ ਦਾ ਜਿਹੜਾ ਚੱਲ ਰਿਹਾ ਉਹ ਦੋੜੇ ਮਸ਼ਹੂਰ ਨੇ ਹਾਂਜੀ ਦੋੜੇ ਤੇ ਸੱਸੀ ਭਾਈ ਦੋੜੇ ਉਹ ਕਿਉਂਕਿ ਨਵੀਂ ਦਸਵੀਂ ਦੇ ਨਿਸਾਬ ਉਹਦੇ ਵਿੱਚ ਦੋੜਿਆਂ ਤੋਂ ਮਤਲਬ ਕਿ ਬਿਲਕੁਲ ਇਸ ਤਰ੍ਹਾਂ ਉਹ ਸ਼ੁਰੂ ਹੁੰਦਾ ਮਾਸਟਰ ਤੱਕ ਜਾਂਦਾ ਮਾਸਟਰ ਦੀ ਡਿਗਰੀ ਤੱਕ ਪੜ੍ਹਾਈ ਜਾਂਦੀ ਹੈ ਚਲੋ ਬਿਲਕੁਲ ਬਕਾਇਦਾ ਇਹਦੇ ਤੇ ਪੀ ਐਚ ਡੀ ਵੀ ਮਤਲਬ ਕਿ ਪੰਜਾਬੀ ਦੇ ਉੱਤੇ ਪਾਕਿਸਤਾਨ ਦੀ ਇਸ ਵੇਲੇ ਲਾਹੌਰ ਕਾਲਜ ਬਣਾਇਆ ਖਵਾਤੀਨ ਦੇ ਵਿੱਚ ਨੇ ਡਾਕਟਰ ਸਰਈਆ ਅਹਿਮਦ ਉਹਨਾਂ ਨੇ ਪੀ ਐਚ ਡੀ ਕੀਤੀ ਇਹਨਾਂ ਦੇ ਪੰਜਾਬੀ ਲੈਂਗੁਏਜ ਦੇ ਉੱਤੇ ਹਜ਼ਰਤ ਸੈਯਦ ਹਾਸ਼ਮ ਸ਼ਾਹ ਰਹਿਮਤ ਉੱਲਾਹ ਅੱਗੂ ਜਿਹੜੇ ਮੌਜੂਦਾ ਮਤਲਬ ਸ਼ਾਇਰ ਨੇ ਜਾਂ ਜਿਹੜੇ ਅੱਗੂ ਲਿਖਾਰੀ ਨੇ ਪੰਜਾਬੀ ਦੇ ਜੀ ਜੀ ਕਿਆ ਉਹਨਾਂ ਨੇ ਵੀ ਇਹਨਾਂ ਦੀ ਤਾਰੀਫ਼ ਦੇ ਵਿੱਚ ਕੁਝ ਕਿਤਾਬ ਜਾਂ ਕੋਈ ਮਜਮੂਆ ਜਾਂ ਕੋਈ ਮਰਾਸਲਾ ਲਿਖਿਆ ਹੋਏ ਉਹਦੀ ਵਰਕਿੰਗ ਇਸ ਤਰ੍ਹਾਂ ਚੱਲ ਰਹੀ ਹੈ ਕਿ ਬਾਜਵਾ ਸਾਹਿਬ ਨੇ ਐਡਿਟ ਕੀਤਾ ਪਿਛਲਾ ਕੁਝ ਦਿਨ ਪਹਿਲਾਂ ਅਸੀਂ ਇੱਕ ਕਿਤਾਬ ਬਾਜਵਾ ਸਾਹਿਬ ਨੇ ਉਹ ਪ੍ਰਿੰਟ ਐਡਿਟ ਕੀਤੀ ਸੀ ਇਹਨਾਂ ਦਾ ਨਾ ਪੰਜਾਬੀ ਦਾ ਕੁਝ ਕਲਾਮ ਕੁਝ ਪਹਿਲੇ ਆਇਆ ਸੀ ਕੁਝ ਨਹੀਂ ਸੀ ਉਹ ਫਿਰ ਉਹਨਾਂ ਨੇ ਐਡਿਟ ਕੀਤਾ ਉਹ ਫਿਰ ਪ੍ਰਿੰਟ ਕੀਤੀ ਸੀ ਇਹ ਪਿੱਛੇ ਪੰਜਾਬ ਗੌਰਮੈਂਟ ਨੇ ਉਹਦੀ ਰੂਨਮਾਈ ਵੀ ਕੀਤੀ ਸੀ ਕਦਾਫੀ ਸਟੇਡੀਅਮ ਪਲਾਕ ਦੇ ਵਿੱਚ ਸਹੀ ਹੋ ਗਿਆ ਉੱਥੇ ਪੰਜਾਬੀ ਦਾ ਏਡਾ ਵੱਡਾ ਨਾਮ ਮਤਲਬ ਸੈਯਦ ਹਾਸ਼ਮ ਸ਼ਾਹ ਦਾ ਯਾਨੀ ਕਿ ਬੜੇ ਸੰਗੀਤ ਵਿੱਚ ਇੱਕ ਨਾਮ ਸੀ ਜੀ ਜੀ ਠੀਕ ਉਹਦੇ ਬਾਵਜੂਦ ਯਾਨੀ ਕਿ ਗੌਰਮੈਂਟ ਵੱਲੋਂ ਕੋਈ ਖਸੂਸੀ ਮਤਲਬ ਕਿ ਐਲਾਨ ਕੀਤਾ ਗਿਆ ਹੋਏ ਪੈਕੇਜ ਦਾ ਜਾਂ ਦਰਬਾਰ ਵਾਸਤੇ ਉਹ ਨਹੀਂ ਉਹ ਜੋ ਵੀ ਅਸੀਂ ਕਰ ਰਹੇ ਹਾਂ ਉਹ ਆਪਣਾ ਖਾਨਦਾਨੀ ਸਿਲਸਿਲਾ ਸਾਡਾ ਉਹਦੇ ਤਹਿਤ ਇੱਕ ਦੂਸਰੇ ਕਿ ਪੰਜਾਬੀਅਤ ਦਾ ਨਿਰਲਾ ਪ੍ਰਯੋਗ ਨਹੀਂ ਮਿਲ ਰਿਹਾ ਦੇਖੋ ਜਿਵੇਂ ਸਾਡੀ ਪੰਜਾਬ ਅਸੈਂਬਲੀ ਦਾ ਸੈਕਲ ਉਹ ਉਰਦੂ ਵਿੱਚ ਹੁੰਦਾ ਸਾਡੇ ਪੰਜਾਬ ਅਸੈਂਬਲੀ ਦਾ ਸੈਕਲ ਪੰਜਾਬੀ ਚ ਲੱਗੇ ਰਹੇ ਕਿਉਂਕਿ ਸੂਬਾ ਪੰਜਾਬ ਬਿਲਕੁਲ ਠੀਕ ਹੈ ਨਹੀਂ ਹੋ ਰਿਹਾ ਹਕੂਮਤਾਂ ਦੀ ਮਰਜ਼ੀਆਂ ਨੇ ਅਸੀਂ ਤੇ ਆਪਣੀ ਕਿਰਾਏ ਦੇ ਸਕਦੇ ਹਾਂ ਲੇਕਿਨ ਪੰਜਾਬ ਸਭੀ ਦਾ ਸੈਸ਼ਨ ਜਿਹੜਾ ਉਹ ਵੀ ਪੰਜਾਬੀ ਚ ਹੋਣਾ ਚਾਹੀਦਾ ਬਿਲਕੁਲ ਕਿਉਂਕਿ ਅਸੀਂ ਸੂਬਾ ਪੰਜਾਬ ਹੈ ਲੇਕਿਨ ਸਾਡੇ ਪੰਜਾਬੀਅਤ ਨੂੰ ਜਿਹੜਾ ਪਹਿਲਾਂ ਉਹ ਫਰੋਗ ਨਹੀਂ ਮਿਲ ਰਿਹਾ ਜਿਹੜਾ ਪੰਜਾਬੀ ਅਦਬ ਨੂੰ ਜਾਂ ਪੰਜਾਬ ਪੰਜਾਬੀ ਜ਼ਬਾਨ ਨੂੰ ਮਿਲ ਕੇ ਉਹ ਫਰੋਗ ਨਹੀਂ ਮਿਲ ਰਿਹਾ ਮਤਲਬ ਏਡਾ ਕੋਈ ਖਾਸ ਕੰਮ ਨਹੀਂ ਹੋ ਰਿਹਾ ਪੰਜਾਬੀ ਅਦਬ ਨੂੰ ਸਾਡੇ ਪਾਕਿਸਤਾਨ ਦੇ ਪੰਜਾਬ ਦੀ ਨਿਸਬਤ ਦੂਸਰੇ ਮੁਲਕਾਂ ਦੇ ਵਿੱਚ ਯਾਨੀ ਕਿ ਤੁਸੀਂ ਭਾਰਤ ਦੇ ਵਿੱਚ ਲਾ ਲਓ ਉੱਥੇ ਜ਼ਿਆਦਾ ਪਸੰਦ ਕੀਤਾ ਜਾਂਦਾ ਹਾਂ ਠੀਕ ਬਹੁਤ ਬਹੁਤ ਜ਼ਿਆਦਾ ਸੈਯਦ ਹਾਸ਼ਮ ਸ਼ਾਹ ਦੇ ਕਿਉਂਕਿ ਅਸੀਂ ਇਸ ਟਾਈਮ ਦਰਬਾਰ ਤੇ ਮੌਜੂਦ ਹਾਂ ਇਹਦੇ ਪੇਸ਼ ਨਜ਼ਰ ਤੁਹਾਡੇ ਕੋਲ ਜ਼ਿਆਦਾ ਨਾ ਲੀਜੇ ਖਾਦਮ ਭਾਈ ਕੋਲ ਜ਼ਿਆਦਾ ਨਾ ਲੀਜੇ ਇਸ ਹਵਾਲੇ ਦੇ ਨਾਲ ਸਿਰਫ ਇੱਕ ਸਵਾਲ ਇਹ ਨੇ ਕਿ ਇੰਡੀਆ ਦੇ ਵਿੱਚ ਸਾਡੇ ਤੋਂ ਪਹਿਲੀਆਂ ਕਲਾਸਾਂ ਦੇ ਵਿੱਚ ਯਾਨੀ ਇਹਨਾਂ ਦਾ ਨਿਸਾਬ ਸ਼ੁਰੂ ਕੀਤਾ ਜਾਂਦਾ ਪਾਕਿਸਤਾਨ ਦੇ ਵਿੱਚ ਸਾਡੀ ਇਹ ਬਦਕਿਸਮਤੀ ਨੇ ਕਿ ਇੱਕ ਸੂਫੀ ਸ਼ਾਇਰ ਜਿਨ੍ਹਾਂ ਦਾ ਨਾਂ ਮਤਲਬ ਪੂਰੀ ਦੁਨੀਆਂ ਦੇ ਉੱਤੇ ਮਸ਼ਹੂਰ ਉਹਨਾਂ ਦੇ ਨਾਂ ਦੀ ਪੀ ਐਚ ਡੀ ਵੀ ਹੁੰਦੀ ਹੈ ਬਈ ਉਹਨਾਂ ਦੀਆਂ ਤਸਨੀਫ਼ ਪੜ੍ਹੀਆਂ ਜਾ ਰਹੀਆਂ ਨੇ ਅੱਗੋਂ ਪੜ੍ਹਾਈਆਂ ਜਾ ਰਹੀਆਂ ਨੇ ਨਿਸਾਬ ਦੇ ਵਿੱਚ ਤੇ ਲਾਜ਼ਮੀ ਸਬਜੈਕਟਾਂ ਦੇ ਵਿੱਚ ਪੜ੍ਹਾਈਆਂ ਜਾ ਰਹੀਆਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਗ੍ਰੈਜੂਏਸ਼ਨ ਜਿਹੜੀਆਂ ਕਲਾਸਾਂ ਨੇ ਉਹਨਾਂ ਦੇ ਤੇ ਸਾਡੀ ਇਹ ਬਦਕਿਸਮਤੀ ਨਹੀਂ ਕਿ ਅਸੀਂ ਸੂਫੀ ਜਿਹੜੇ ਸ਼ੁਰਾ ਨੇ ਉਹਨਾਂ ਤੋਂ ਥੋੜਾ ਜਿਹਾ ਮਤਲਬ ਪਿੱਛੇ ਹਟਦੇ ਜਾ ਰਹੇ ਇਸ ਤਰ੍ਹਾਂ ਹੀ ਉਹਨੂੰ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਗਵਰਨਮੈਂਟ ਲੈਵਲ ਤੇ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਉਹ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਕਿਉਂਕਿ ਮਾਦਰੀ ਜ਼ਬਾਨ ਤੇ ਸਾਡੀ ਪੰਜਾਬੀ ਹੈ ਪੰਜਾਬ ਦੇ ਰਹਿਣ ਵਾਲੇ ਆ ਤੇ ਕੌਮੀ ਜ਼ਬਾਨ ਉਰਦੂ ਹੈ ਜੀ ਕੌਮੀ ਸੰਸਦ ਦਾ ਇਲਾਕਾ ਜਿਹੜਾ ਉਰਦੂ ਚ ਹੋਵੇ ਬਿਲਕੁਲ ਮਤਲਬ ਸਿੰਧ ਵਿੱਚ ਜਿਵੇਂ ਸਿੰਧ ਅਸੈਂਬਲੀ ਉੱਤੇ ਸਿੰਧੀ ਵਿੱਚ ਸਾਰੀ ਗੱਲ ਹਾਂ ਜੀ ਸਿੰਧੀ ਚ ਗੱਲ ਹੋਵੇ ਪੰਜਾਬ ਦੇ ਵਿੱਚ ਪੰਜਾਬ ਅਸੈਂਬਲੀ ਵਿੱਚ ਪੰਜਾਬੀ ਚ ਗੱਲ ਹੋਵੇ ਪੰਜਾਬੀ ਚ ਗੱਲ ਹੋਵੇ ਬੜੀ ਆਸਾਨ ਜ਼ਬਾਨ ਹੈ ਮਿੱਠੀ ਜ਼ਬਾਨ ਹੈ ਪੰਜਾਬੀ ਉਹਨੂੰ ਰਾਜੀ ਕਰਨਾ ਚਾਹੀਦਾ ਹਰ ਦਿਲ ਅਜ਼ੀਜ਼ ਜ਼ਬਾਨ ਹਾਂਜੀ ਆਪਣਾ ਹੈਦਰ ਵੀਰ ਜੀ ਤੁਸੀਂ ਗੱਲ ਕੀਤੀ ਅਗਰ ਮੇਰਾ ਖਿਆਲ ਸਾਡੇ ਅਗਰ ਇੱਥੇ ਨਿਸਾਬ ਦੇ ਵਿੱਚ ਅਗਰ ਆਪਣਾ ਬਾਬਾ ਜੀ ਦਾ ਕਲਾਮ ਹੈ ਤਾਂ ਮੇਰਾ ਖਿਆਲ ਅਸੀਂ ਬੀ ਏ ਤੱਕ ਪੰਜਾਬ ਮਿਡਲ ਤੋਂ ਸ਼ੁਰੂ ਹੋ ਜਾਂਦਾ ਮਿਡਲ ਤੋਂ ਸ਼ੁਰੂ ਹੋ ਕੇ ਫਿਰ ਮਾਸਟਰ ਤੱਕ ਦੀ ਪੰਜਾਬੀ ਦੇ ਜਿਹੜਾ ਨਿਸਾਬ ਹੈ ਉਹਦੇ ਚ ਇਹਨਾਂ ਦੇ ਦੋੜੇ ਠੀਕ ਹੋ ਹਾਂਜੀ ਉਹਨਾਂ ਦਾ ਪੜ੍ਹਾਏ ਜਾਂਦੇ ਨੇ ਪੇਪਰ ਤਿਆਰ ਕਰਨ ਵਾਸਤੇ ਨਾ
ਕੁਝ ਸੂਫੀ ਬਜ਼ੁਰਗਾਂ ਦਾ ਮਤਲਬ ਖਸੂਸੀ ਤੌਰ ਤੇ ਜਿਹੜਾ ਨਾ ਉਹ ਵਿੱਚ ਤਸਕਰਾ ਕਰਨਾ ਮੁਨਾਸਬ ਸਮਝਦੇ ਨੇ ਤੇ ਮਾਸ਼ਾਅੱਲਾ ਸਾਡੇ ਵੀ ਮਤਲਬ ਕਿ ਬੈਚ ਗੁਜ਼ਰੇ ਨੇ ਪੁਰਾਣੇ ਉਹਨਾਂ ਦੇ ਵਿੱਚ ਬਲਕਿ ਹੁਣ ਤੱਕ ਚੱਲਦਾ ਆ ਰਿਹਾ ਕਿ ਬਾਬੇ ਹਾਸ਼ਮ ਸ਼ਾਹ ਸਾਹਿਬ ਦਾ ਜਿਹੜਾ ਇੱਕ ਸਵਾਲ ਏ ਚਾਹੇ ਉਹ ਸਲੀਸ ਦਾ ਏ ਚਾਹੇ ਤਸ਼ਰੀਹ ਦਾ ਏ ਚਾਹੇ ਉਹ ਕਿਸੇ ਵੀ ਹਵਾਲੇ ਦਾ ਲਾਜ਼ਮੀ ਮਤਲਬ ਕਿ ਪਾਇਆ ਜਾਂਦਾ ਤੇ ਸਾਡੇ ਫਿਰ ਸਾਡੀ ਮਤਲਬ ਬਦਕਿਸਮਤੀ ਇਹ ਵੇ ਕਿ ਸਾਡੇ ਬਦੋਮਲੀ ਤੱਕ ਜ਼ਿਲ੍ਹਾ ਨਾਰਵਲ ਤੱਕ ਯਾਨੀ ਕਿ ਜਿਨ੍ਹਾਂ ਜਿਨ੍ਹਾਂ ਨੂੰ ਇਹ ਸਵਾਲ ਆਉਂਦੇ ਨੇ ਉਹਨਾਂ ਨੂੰ ਇਹ ਵੀ ਨੀ ਮਤਲਬ ਕਿ ਹਾਲੇ ਤੱਕ ਅਗਾਹ ਕੀਤਾ ਗਿਆ ਕਿ ਬਾਬੇ ਹਾਸ਼ਮ ਸ਼ਾਹ ਦਾ ਦਰਬਾਰ ਕਿੱਥੇ ਠੀਕ ਬਾਬੇ ਹਾਸ਼ਮ ਸ਼ਾਹ ਦਾ ਦਰਬਾਰ ਕਿੱਥੇ ਵੇ ਬੰਦੇ ਪੇਪਰ ਦੇਣ ਵਾਸਤੇ ਵੀ ਨਾਰਵਲ ਜਾਂਦੇ ਨੇ ਦੇ ਕੇ ਵੀ ਵਾਪਸ ਆਉਂਦੇ ਨੇ ਤੇ ਨਾਰੰਗ ਤੋਂ ਲਾਹੌਰ ਤੋਂ ਬਹੁਤ ਜ਼ਿਆਦਾ ਜਗ੍ਹਾ ਵੱਡਾ ਪੁਆਇੰਟ ਜੀ ਗੁਜ਼ਰ ਕੇ ਜਾਂਦੇ ਨੇ ਤੇ ਗੁਜ਼ਰ ਕੇ ਜਾਣ ਤੋਂ ਬਾਵਜੂਦ ਇਹਨਾਂ ਨੂੰ ਇਹ ਨੀ ਪਤਾ ਲੱਗਦਾ ਕਿ ਜਿਹੜੇ ਸਟਾਫ ਤੋਂ ਗੁਜ਼ਰਨਾ ਵੀ ਉਹ ਸੀ ਹਾਸ਼ਮ ਸ਼ਾਹ ਦਾ ਦਰਬਾਰ ਇੱਕ ਬੜੀ ਸਾਡੇ ਲਈ ਮਤਲਬ ਕਿ ਸਮੋਸ਼ੀ ਗੱਲ ਸਾਡੀ ਗਵਰਨਮੈਂਟ ਚਲੋ ਥੋੜੀ ਜਿਹੀ ਅੱਗੇ ਚਲੀ ਜਾਏਗੀ ਸਾਡੇ ਜਿਹੜਾ ਮਹਿਕਮਾ ਨਾ ਜਿਹੜਾ ਬੋਰਡ ਲਾਏ ਨੇ ਜਿਹਨਾਂ ਨੇ ਹਾਈਵੇ ਇਹਨਾਂ ਲਾਏ ਨੇ ਦਰਬਾਰਾਂ ਦੇ ਬੋਰਡ ਤਰਪਾਲੀ ਹਾਂਜੀ ਮੁਖਤਲਿਫ ਦਰਬਾਰਾਂ ਦੇ ਮਤਲਬ ਤੇ ਇਹਨਾਂ ਨੂੰ ਚਾਹੀਦਾ ਵੀ ਚਲੋ ਸਾਡੇ ਤੇ ਸੈਯਦ ਆਜ਼ਮ ਸ਼ਾਹ ਸਾਹਿਬ ਮੇਰੇ ਨਾਲ ਜ਼ਿਲ੍ਹੇ ਦੇ ਵਿੱਚ ਹੀ ਏਡਾ ਵੱਡਾ ਨਾਂ ਕੋਈ ਨਹੀਂ ਹੈਗਾ ਅਗਲੀ ਲੈਵਲ ਤੇ ਇੱਥੇ ਦਰਬਾਰ ਆ ਚੰਗਾ ਘੁੰਮਾ ਚ ਆਪਣੇ ਤੌਰ ਤੇ ਇਹਨਾਂ ਨੂੰ ਨਰਵਾਲ ਡਿਸਟ੍ਰਿਕਟ ਸ਼ਹਿਰ ਦੇ ਵਿੱਚ ਮਤਲਬ ਬੜੇ ਸ਼ਾਇਰ ਨੇ ਫੈਜ਼ ਅਹਿਮਦ ਫੈਜ਼ ਹਾਂਜੀ ਉਹਨਾਂ ਦੇ ਨਾਮ ਤੇ ਪਾਰਕ ਮਨਸੂਬ ਕਰਤਾ ਗਿਆ ਉਹਨਾਂ ਦੇ ਨਾਮ ਅਸੀਂ ਕਹਿੰਦੇ ਹਾਂ ਕਿ ਜ਼ਿਲ੍ਹੇ ਨਰਵਾਲ ਦੇ ਵਿੱਚ ਨਰਵਾਲ ਸ਼ਹਿਰ ਦੇ ਵਿੱਚ ਕੋਈ ਖਾਸ ਜਗ੍ਹਾ ਜਿਹੜੀ ਹੈ ਪੀਰ ਸ਼ਹੀਦ ਹਾਸਮ ਸ਼ਾਸ਼ਕ ਦੇ ਨਾਂ ਤੋਂ ਮਨਸੂਬ ਕੀਤੀ ਜਾ ਸਕੀ ਤਾਂ ਕਿ ਉਹਨਾਂ ਦਾ ਨਾਮ ਜਿਹੜਾ ਨਾ ਅਵਲ ਲੈਵਲ ਤੇ ਹਾਈਲਾਈਟ ਹੋਵੇ ਤੇ ਇਹ ਨਰਵਾਲ ਜ਼ਿਲ੍ਹੇ ਦੀ ਸ਼ਾਨ ਨੇ ਸ਼ਹੀਦ ਹਾਸ਼ਮ ਸ਼ਾਹ ਲੇਕਿਨ ਕਿਤੇ ਕੋਈ ਸੁਣਵਾਈ ਨਹੀਂ ਤੁਸੀਂ ਰੋਡ ਵਾਲੀ ਡਿਸਕਸ ਕੀਤੀ ਉਹਦੇ ਵਾਲੇ ਨਾ ਥੋੜੀ ਜੀ ਰੋਸ਼ਨੀ ਪਾਵਾਂਗਾ ਕਿ ਤੁਹਾਡੇ ਯਾਨੀ ਕਿ ਇਸ ਰੋਡ ਤੋਂ ਬੇਸ਼ੁਮਾਰ ਮਤਲਬ ਮਸ਼ਹੂਰ ਚੌਕ ਨੇ ਠੀਕ ਯਾਨੀ ਕਿ ਜਿਹੜੇ ਬੇਨਾਮ ਚੌਕ ਨੇ ਯਾਨੀ ਕਿ ਜਿਹੜੇ ਪੁਰਾਣੇ ਨਾਵਾਂ ਤੋਂ ਚੱਲਦੇ ਆ ਰਹੇ ਨੇ ਅਲਬਤਾ ਕਿ ਜਿਹੜੇ ਇਲਾਕੇ ਦੇ ਵਿੱਚ ਕੋਈ ਸੂਫੀ ਬਜ਼ੁਰਗ ਦਾ ਦਰਬਾਰ ਹੋਏ ਤੇ ਉਹਦਾ ਨਾਮ ਮਸ਼ਹੂਰ ਇੰਟਰਨੈਸ਼ਨਲ ਸਤਹ ਤੇ ਨਾ ਹੋਏ ਉਹਦੇ ਨਾਂ ਤੇ ਮਨਸੂਬ ਲੋਕੀ ਕਰਨ ਦੀ ਕੋਸ਼ਿਸ਼ ਕਰਦੇ ਨੇ ਸਾਡੀ ਬਦੋਮਲੀ ਤੋਂ ਲੈ ਕੇ ਜ਼ਿਲ੍ਹਾ ਬਲਕਿ ਜ਼ਿਲ੍ਹਾ ਨਾਰਵਲ ਦੇ ਵਿੱਚ ਦੂਰ ਤੱਕ ਮਤਲਬ ਕਿ ਜਿੰਨੇ ਵੀ ਸਾਡੇ ਸ਼ੁਰਾ ਗੁਜ਼ਰੇ ਨੇ ਤੁਸੀਂ ਕਿਸੇ ਵੀ ਇਲਾਕੇ ਚ ਚਲੇ ਜਾਓ ਉਹਨਾਂ ਦੇ ਨਾਵਾਂ ਦੀਆਂ ਗਲੀਆਂ ਨੇ ਉਹਨਾਂ ਦੇ ਨਾਵਾਂ ਦੀਆਂ ਚੌਕ ਨੇ ਉਹਨਾਂ ਦੇ ਨਾਂ ਦੀਆਂ ਪਾਰਕਾਂ ਨੇ ਯਾਨੀ ਕਿ ਪਬਲਿਕ ਪੁਆਇੰਟਸ ਜਿਹੜੇ ਨੇ ਉਹ ਉਹਨਾਂ ਦੇ ਨਾਵਾਂ ਤੋਂ ਮਨਸੂਬ ਕੀਤੇ ਗਏ ਨੇ ਤਰਪਾਲ ਸ਼ਰੀਫ ਦੇ ਵਿੱਚ ਸਿਰਫ ਤਰਪਾਲ ਸ਼ਰੀਫ ਅਗਰ ਅਸੀਂ ਤੁਸੀਂ ਜਾਣਦੇ ਹਾਂ ਤੇ ਉਹ ਬਾਬੇ ਹਾਸ਼ਮ ਸ਼ਾਹ ਦੀ ਵਜ੍ਹਾ ਤੋਂ ਜਾਣਦੇ ਹਾਂ ਠੀਕ ਇੱਕ ਛੋਟਾ ਜਿਹਾ ਪਿੰਡ ਏ ਉਸ ਪਿੰਡ ਦੀ ਵੀ ਖੁਸ਼ਕਿਸਮਤੀ ਇਹ ਵੀ ਕਿ ਉੱਥੇ ਏਡੇ ਵੱਡੇ ਸੂਫੀ ਸ਼ਾਇਰ ਮਤਲਬ ਮੌਜੂਦ ਨੇ ਸਾਡੀ ਗੌਰਮੈਂਟ ਨੂੰ ਇਸ ਹਵਾਲੇ ਦੇ ਨਾਲ ਸੋਚਣਾ ਚਾਹੀਦਾ ਕਿ ਜਿਹੜੀਆਂ ਮਸ਼ਹੂਰ ਯਾਨੀ ਕਿ ਬੜੀ ਮਸ਼ਹੂਰ ਸ਼ਹਿਰਾ ਹੈ ਸਾਡੀ ਲਾਹੌਰ ਰੋਡ ਜਿਹੜਾ ਹੈ ਇਹ ਬਹੁਤ ਮਸ਼ਹੂਰ ਏ ਤੇ ਬਹੁਤ ਜ਼ਿਆਦਾ ਮਤਲਬ ਕਿ ਕਾਰੋਬਾਰੀ ਲਿਹਾਜ਼ ਨਾਲ ਵੀ ਬੜਾ ਮਸ਼ਹੂਰ ਏ ਇੱਥੇ ਸਾਡੇ ਗੌਰਮੈਂਟ ਨੂੰ ਸੋਚਣਾ ਚਾਹੀਦਾ ਕਿ ਅਸੀਂ ਸੈਯਦ ਹਾਸ਼ਮ ਸ਼ਾਹ ਦੇ ਨਾਂ ਤੋਂ ਕੋਈ ਚੌਕ ਮਨਸੂਬ ਕਰੀਏ ਕੋਈ ਰੋਡ ਮਨਸੂਬ ਕਰੀਏ ਨਰਵਾਲ ਤੋਂ ਉਮੀਦ ਕਰਾ ਜਿਹੜਾ ਚੌਕ ਨੇ ਗੱਲਾਂ ਵਿੱਚ ਜੀ ਉਦੋਂ ਵਸੀਮ ਭੱਟ ਸਾਹਿਬ ਚੇਅਰਮੈਨ ਸਨ ਸੰਨ 1988 ਦੇ ਕਰੀਬ ਦੀ ਬਾਤ ਹੈ ਜੀ ਮਜਲਿਸ ਹਾਸ਼ਮ ਸ਼ਾਹ ਨਾਰੋਵਾਲ ਨੇ ਉਸ ਚੌਕ ਦਾ ਨਾਂ ਹਾਸ਼ਮ ਸ਼ਾਹ ਚੌਕ ਰਖਾਇਆ ਚਲੀ ਜਾਂਦੀ ਇਧਰ ਬਾਜ਼ਾਰ ਨਾਰੋਵਾਲ ਸ਼ਹਿਰ ਚੌਕ ਬਣਾਉਂਦੇ ਆ ਨਾ ਰੇਲਵੇ ਫਾਟਕ ਇਹਦਾ ਨਾਂ ਰਾਜੀ ਤੌਰ ਤੇ ਹਾਸ਼ਮ ਸ਼ਾਹ ਚੌਕ ਹੈ ਤੇ ਚਲੋ ਦੇ ਇਸ ਤਰ੍ਹਾਂ ਕੇ ਉਹਦੇ ਦਾਰਾ ਤਾਂ ਕਿ ਸਾਡੀ ਚਾਹੀਦਾ ਵੀ ਉਸ ਚੌਕ ਨੂੰ ਮੀਤੋ ਦੀ ਯਾਦਗਾਰ ਬਣਾ ਛੱਡੀ ਜਾਏ ਉੱਥੇ ਕੋਈ ਇਹਨੇ ਜ਼ਿਆਦਾ ਪੈਸੇ ਚ ਨਹੀਂ ਲੱਗਦਾ ਲੋਕਾਂ ਨੂੰ ਲੰਘਦਿਆਂ ਅਗਰ ਚੌਕ ਮਨਸੂਬ ਕੀਤਾ ਜਾਂਦਾ ਹੈ ਰੋਡ ਮਨਸੂਬ ਕੀਤਾ ਜਾਂਦਾ ਹੈ ਲੋਕਾਂ ਨੂੰ ਲੰਘਦਿਆਂ ਇਸ ਚੀਜ਼ ਦੀ ਮਤਲਬ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਜੀ ਇਹ ਦਰਬਾਰ ਏ ਇਹ ਪਿੰਡ ਏ ਤੇ ਇਹ ਕਿਸ ਹਵਾਲੇ ਦੇ ਨਾਲ ਮਸ਼ਹੂਰ ਏ ਕਿਸ ਵਜ੍ਹਾ ਮਸ਼ਹੂਰ ਦਾ ਹਾਸ਼ਮ ਸ਼ਾਹ ਮੈਮੋਰੀਅਲ ਟਰੱਸਟ ਇੰਡੀਆ ਦੇ ਚੇਅਰਮੈਨ ਉਹਨਾਂ ਸਾਰੇ ਅਹੁਦੇਦਾਰਾਂ ਨਾਲ ਉੱਥੇ ਰਾਬਤਾ ਮੇਰਾ ਜੀ ਗੁਰੂ ਫੋਨ ਤੇ ਵੀ ਦਿੰਦੀ ਆ ਜੀ ਜੀ
ਉਹ ਗਵਰਨਮੈਂਟ ਲੈਵਲ ਦੇ ਇਹਨਾਂ ਦੇ ਉੱਤੇ ਉੱਥੇ ਇੰਨਾ ਕੰਮ ਹੋ ਰਿਹਾ ਸਪੋਰਟਸ ਕੰਪਲੈਕਸ ਨੇ ਵੂਮੈਨ ਕਾਲਜ ਬਣੇ ਨੇ ਆਸ਼ਮ ਸ਼ਾਹ ਵੂਮੈਨ ਕਾਲਜ ਸਪੋਰਟਸ ਕੰਪਲੈਕਸ ਬਣਿਆ ਸਲਾਨਾ ਇਹਨਾਂ ਦਾ ਉਹ ਵੀ ਉੱਥੇ ਮੇਲਾ ਮਨਾਉਂਦੇ ਨੇ ਹਾਸਪਿਟਲ ਬਣਾਏ ਨੇ ਤੇ ਉਹ ਉੱਥੇ 27, 28, 29 ਨਵੰਬਰ ਹਰ ਸਾਲ 3 ਦਿਨ ਨੂੰ ਮੇਲਾ ਮਨਾਉਂਦੇ ਗਵਰਨਮੈਂਟ ਲੈਵਲ ਤੇ ਵਜ਼ੀਰ ਆਉਂਦੇ ਨੇ ਸਾਰੇ ਪ੍ਰੋਗਰਾਮ ਜ਼ਿਆਦਾ ਲੰਬਾ ਹੋ ਜਾਣਾ ਤੁਸੀਂ ਉਰਸ ਮੁਬਾਰਕ ਦੀ ਗੱਲ ਛੇੜੀ ਮੇਲੇ ਦੀ ਗੱਲ ਛੇੜੀ ਕੀ ਡੇਟ ਜੀ ਆਪਣਾ ਆਪਣੇ ਇੱਥੇ 4 ਜੂਨ 4 ਜੂਨ 22 ਜੇਠ ਬਣਦੀ 22 ਜੇਠ ਤੇ ਉਰਸ ਮੁਬਾਰਕ 2-3 ਦਿਨ ਰਹਿੰਦਾ ਜਾਂ 1 ਦਿਨ 3-4 ਅੱਛਾ ਹਾਂਜੀ ਠੀਕ ਹੈ ਤੇ ਆਪਣਾ ਲਾਮ ਦੇ ਪਿੰਡਾਂ ਦੇ ਲੋਕ ਵੀ ਕਰਦੇ ਦੂਰ ਦੂਰ ਤੱਕ ਜਿਹੜੇ ਮੰਨਣ ਵਾਲੇ ਕਰਦੇ ਫੈਮਿਲੀ ਦੇ ਪੂਰਾ ਫੈਮਿਲੀ ਜਿੱਥੇ ਜਿੱਥੇ ਹੁੰਦੀ ਉਹ ਵੀ ਇਕੱਠੀ ਹੁੰਦੀ ਹੈ ਮਹਿਫਲ ਦਾ ਇਸਤੇਮਾਲ ਕੀਤਾ ਜਾਂਦਾ ਮਹਿਫਲ ਸਮਾਂ ਹੁੰਦੀ ਠੀਕ ਕਲਾਮ ਪੜਨ ਵਾਲੇ ਵੀ ਆਉਂਦੇ ਨੇ ਠੀਕ ਤੇ ਕਦੀ ਇਸ ਤਰ੍ਹਾਂ ਦਾ ਚਾਂਸ ਮਿਲਿਆ ਸ਼ਾਹਜੀ ਤੁਹਾਡੇ ਕੀ ਵੀ ਕੁਐਸਚਨ ਹੈ ਮੇਰਾ ਤੁਹਾਡੇ ਕੀ ਸਵਾਲ ਹੈ ਇੱਕ ਆਪਣਾ ਦੂਸਰੀ ਕੰਟਰੀ ਦੀ ਜਿਸ ਤਰ੍ਹਾਂ ਇੰਡੀਆ ਤੁਸੀਂ ਲਾ ਲਓ ਉੱਥੇ ਸਿੱਖ ਕਮਿਊਨਿਟੀ ਦੇ ਕੁਝ ਲੋਕ ਇੱਥੇ ਆਪਣਾ ਹਾਜ਼ਰੀ ਵਾਸਤੇ ਆਏ ਹੋਣ ਬਿਲਕੁਲ ਬਿਲਕੁਲ ਆਏ ਨੇ ਉਹ ਆਸ਼ਮ ਸ਼ਾਹ ਮੈਮੋਰੀਅਲ ਟਰੱਸਟ ਦੇ ਪਿਛਲੇ ਦਿਨਾਂ ਚ ਆਏ ਸੀ ਬਰਾੜ ਸਾਹਿਬ ਅੱਛਾ ਹਾਂਜੀ ਬਰਾੜ ਸਿੰਘ ਸਾਹਿਬ ਸੀ ਉਹ ਆਏ ਸੀ ਉੱਥੋਂ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਿੰਨਾ ਚਿਰ ਪਹਿਲੇ ਆਏ ਸਰ ਕੋਈ ਹੋ ਗਿਆ ਹੋਣਾ 1-1.5 ਸਾਲ ਦੀ ਗੱਲ ਹੋਣੀ ਇੱਥੇ ਵਿਜ਼ਿਟ ਤੇ ਅੱਛਾ ਉਹ ਵਿਜ਼ਿਟ ਤੇ ਇੱਥੇ ਨਹੀਂ ਸੀ ਆਏ ਬਕਾਇਦਾ ਤੌਰ ਤੇ ਅਹਿਸਾਨ ਬਾਜਵਾ ਸਾਹਿਬ ਨਾਲ ਉਹਨਾਂ ਦੀ ਗੱਲ ਹੋਈ ਹੋਈ ਉਹ ਇੱਥੇ ਨਿਆਮਤ ਸਿੰਘ ਦਰਬਾਰ ਆ ਉੱਥੇ ਕਿਤੇ ਆਏ ਸੀ ਉਹਨਾਂ ਨੂੰ ਹਾਂ ਡਾਕਟਰ ਜੇ ਐਸ ਬਰਾੜ ਉਹ ਫਿਰ ਬਾਜਵਾ ਸਾਹਿਬ ਨੇ ਜ਼ਿਕਰ ਕੀਤਾ ਜੀ ਤੁਸੀਂ ਜਿਹੜੇ ਜ਼ਿਲ੍ਹੇ ਚ ਆਏ ਹੋ ਇੱਥੇ ਬਾਬਾ ਹਾਸ਼ਮ ਸ਼ਾਹ ਦਾ ਵੀ ਦਰਬਾਰ ਉਹਨਾਂ ਨੇ ਫਿਰ ਮੇਰੀ ਗੱਲ ਕਰਾਈ ਬਾਜਵਾ ਸਾਹਿਬ ਨੇ ਉਹਨਾਂ ਨਾਲ ਗੱਲ ਕਰਾਈ ਉਹ ਫਿਰ ਸਪੈਸ਼ਲ ਆਏ ਇੱਥੇ ਰਹੇ ਵੀ ਉਹ ਕਈ ਯਾਰ ਅਸੀਂ ਤੇ ਇਹ ਤੇ ਸਾਡਾ ਉੱਥੇ ਅਸੀਂ ਬੜਾ ਇਹਨਾਂ ਦਾ ਇਹਤਮਾਮ ਕਰਨੇ ਆ ਤੇ ਅਸੀਂ ਕੋਲੋਂ ਹੋ ਕੇ ਚੱਲੇ ਹਾਂ ਉਹਨਾਂ ਦਾ ਵੀਡੀਓ ਤੇ ਪੂਰਾ ਵਿਜ਼ਿਟ ਕਰਕੇ ਗਏ ਸੀ ਬਹੁਤ ਸਾਰੀ ਦੁਨੀਆਂ ਨੂੰ ਵੀ ਪਤਾ ਜੀ ਹਾਂਜੀ ਸਰ ਜੀ ਮੇਰੇ ਕੋਲ ਵੀਡੀਓ ਹੈ ਨੇ ਅੱਛਾ ਨਾਰਥ ਯੂਨੀਵਰਸਿਟੀ ਆਫ ਅਮਰੀਕਾ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਪੂਰੀ ਦੁਨੀਆਂ ਦੀਆਂ ਲੈਂਗੁਏਜਸ ਦੇ ਉੱਤੇ ਸਟੂਡੈਂਟਸ ਨੇ ਪਰਫਾਰਮ ਕੀਤਾ ਜੀ ਐ ਫਲਾਣੀ ਜ਼ਬਾਨ ਤੇ ਪਰਫਾਰਮਿੰਗ ਕੀਤੀ ਫਲਾਣੀ ਤੇ ਪੰਜਾਬੀ ਜ਼ਬਾਨ ਦੇ ਵਿੱਚ ਉੱਥੇ ਸਟੂਡੈਂਟ ਨੇ ਸੱਸੀ ਹਾਸ਼ਮ ਸ਼ਾਹ ਰਹਿਮਤੁੱਲਾ ਲੈ ਕੇ ਪਰਫਾਰਮ ਕੀਤਾ ਮੇਰੇ ਕੋਲ ਵੀਡੀਓ ਵੀ ਹੈ ਉਹਨਾਂ ਨੇ ਅੱਛਾ ਇੱਕ ਸਵਾਲ ਕਿ ਸਭ ਤੋਂ ਜ਼ਿਆਦਾ ਸੈਯਦ ਹਾਸ਼ਮ ਸ਼ਾਹ ਦੀ ਯਾਨੀ ਕਿ ਮਸ਼ਹੂਰ ਹੁੰਦੀ ਜਿਹੜੀ ਕੋਈ ਤਸਨੀਫ ਕੋਈ ਕਲਾਮ ਉਹਨਾਂ ਦੀ ਸੱਸੀ ਹੈ ਬਹੁਤ ਸਾਰੀ ਉਹ ਲੋਕਾਂ ਨੇ ਪੜ੍ਹੀ ਹੈ ਆਪਣਾ ਗੁਲੂਕਾਰ ਮਸੂਦ ਰਾਣਾ ਹੋਇਆ ਉਹਨਾਂ ਵੀ ਪੜ੍ਹੀ ਹੈ ਉਸ ਤੋਂ ਬਾਅਦ ਦੌੜੇ ਦਿਓੜੇ ਬਹੁਤ ਅੱਛੇ ਉਹਨਾਂ ਦਾ ਹਾਂਜੀ ਸੱਸੀ ਆਸ਼ਮ ਸ਼ਾਹ ਬਹੁਤ ਮਸ਼ਹੂਰ ਜੀ ਜੀ ਤੇ ਚਹਾਰ ਬਹਾਰ ਜਿਹੜੀ ਇਹਨਾਂ ਦੀ ਕਿਤਾਬ ਹੈ ਉਹ ਤੁਸੀਂ ਪੜ੍ਹੋ ਉਹਨੇ ਫਿਰ ਬੰਦਾ ਇੰਨਾ ਕੋ ਗਹਿਰਾਈ ਚ ਚਲਾ ਜਾਂਦਾ ਕਿ ਉਹ ਕਿਤਾਬ ਉਹਨਾਂ ਨੇ ਮਕਾਲਾ ਲਿਖਿਆ ਹਜ਼ਰਤ ਨੌਸ਼ਾ ਗੰਜ ਬਖਸ਼ ਰਹਿਮਤੁੱਲਾ ਲੈ ਹਜ਼ਰਤ ਸੁਚਿਆਰ ਪਾਕ ਰਹਿਮਤੁੱਲਾ ਲੈ ਪੀਰ ਮਰੀਦ ਨੇ ਔਰ ਇਹਨਾਂ ਤੋਂ ਮੇਰਾ ਖਿਆਲ ਹੈ ਜੀ ਕਿੰਨਾ ਪੀਰੀਅਡ 200 ਸਾਲ ਦਾ ਫਰਕ ਹੋਣਾ 200 ਸਾਲ ਦਾ ਗੈਪ ਹੈ 200 ਸਾਲ ਬਾਅਦ ਆਪ ਉਹਨਾਂ ਦਾ ਮਕਾਲਾ ਲਿਖ ਰਹੇ ਨੇ ਮਰੀਦ ਦੇ ਪੀਰ ਦਾ ਸਵਾਲ ਦਾ ਤੇ ਜਵਾਬ ਲਿਖ ਰਹੇ 200 ਸਾਲ ਬਾਅਦ ਔਰ ਐਸਾ ਲੱਗਦਾ ਆਪਣੇ ਸਾਹਮਣੇ ਬਹਿ ਕੇ ਤੇ ਉਹ ਹੋ ਰਹੇ 200 ਸਾਲ ਬਾਅਦ ਔਰ ਬਹੁਤ ਹੀ ਆਲਾ ਉਹ ਸ਼ਾਹਕਾਰ ਹੈ ਉਹਦੇ ਤੇ ਕੰਮ ਮੈਂ ਵੀ ਕਰ ਰਿਹਾ ਵਾ ਕਿਉਂਕਿ ਤਹਿਰਾਨ ਯੂਨੀਵਰਸਿਟੀ ਵੱਲੋਂ ਉਹਨਾਂ ਦਾ ਉਰਦੂ ਹੋਇਆ ਸੀ ਉਰਦੂ ਤਰਜਮਾ ਵੀ ਹੋਇਆ ਫਾਰਸੀ ਦਾ ਦੀਵਾਨ ਹੈ ਦੀਵਾਨ ਹੈ ਹਾਸ਼ਮ ਸ਼ਾਹ ਮਸਨਵੀ ਹਾਸ਼ਮ ਸ਼ਾਹ ਹੈ ਉਹਦਾ ਤਰਜਮਾ ਕਰਾ ਰਹੇ ਹਾਂ ਫੈਸਲਾਬਾਦ ਗਵਰਨਮੈਂਟ ਕਾਲਜ ਯੂਨੀਵਰਸਿਟੀ ਹੈ ਉੱਥੇ ਪ੍ਰੋਫੈਸਰ ਸਾਹਿਬ ਨੂੰ ਦਿੱਤਾ ਉਹ ਘਰ ਬਸ ਇਹਨਾਂ ਦੀ ਨਜ਼ਰੇ ਕਰਮ ਨਾਲ ਅਸੀਂ ਵੀ ਕਾਫੀ ਸਾਰਾ ਕੰਮ ਕੀਤਾ ਪਿਛਲੇ ਸਾਲ ਦੇ ਵਿੱਚ ਮੈਂ ਇਹਨਾਂ ਤੇ ਪਹਿਲਾਂ ਤੇ ਬਸ ਪੜ੍ਹਾਈਆਂ ਜਿੱਦੇ ਲੱਗੇ ਰਹੇ ਹਾਂ ਬਸ ਇੱਕ ਸ਼ੌਕ ਚੜਿਆ ਫਿਰ ਪੰਜਾਬੀ ਦਾ ਕਲਾਮ ਅਸੀਂ ਬਾਜਵਾ ਸਾਹਿਬ ਦੇ ਐਡਿਟ ਕਰਾ ਕੇ ਫਿਰ ਮੈਂ ਹੀ ਪ੍ਰਿੰਟ ਕਰਾਇਆ ਸੀ ਬਜ਼ੁਰਗਾਂ ਦੇ ਜੇਰੇ ਸਰਪ੍ਰਸਤੀ ਅਸੀਂ ਵਾਲਾ ਸਾਹਿਬ ਦੇ ਉਹ ਕੀਤਾ ਫਿਰ ਫਾਰਸੀ ਦੇ ਕੰਮ ਕਰ ਰਹੇ ਹਾਂ ਵੈਬਸਾਈਟ ਬਣੀ ਇਹਨਾਂ ਦੀ
ਫੇਸਬੁੱਕ ਪੇਜ ਵੀ ਆ ਉਹਦੇ ਤੇ ਪੂਰੀਆਂ ਕਿਤਾਬਾਂ ਤੁਹਾਨੂੰ ਮਿਲ ਜਾਣਗੀਆਂ ਫੇਸਬੁੱਕ ਪੇਜ ਤੇ ਆਡੀਓ ਕਲਾਮ ਦੇ ਉਹਨਾਂ ਦੇ ਸੀ ਡੀ ਤਿਆਰ ਪਈ ਹੈ ਸੀ ਡੀ ਤਿਆਰ ਹੈ ਬਲਕਿ ਮੈਂ ਅਪਲੋਡ ਕਰ ਦਿੱਤੀ ਫੇਸਬੁੱਕ ਪੇਜ ਤੇ ਤੇ ਨਾਟਕਾਂ ਉਹਨਾਂ ਨੇ ਕਲਾਮ ਪੜਾਇਆ ਫੇਸਬੁੱਕ ਪੇਜ ਵੀ ਦੱਸੋ ਕਿਸ ਨਾਮ ਜੀ ਗ੍ਰੇਟ ਸੂਫੀ ਪੋਇਟ ਸੈਯਦ ਮੁਹੰਮਦ ਹਾਸ਼ਮ ਸ਼ਾਹ ਠੀਕ ਹੋ ਫੇਸਬੁੱਕ ਪੇਜ ਹੈ ਤੇ ਗਰੁੱਪ ਵੀ ਹੈ ਫੇਸਬੁੱਕ ਦਾ ਸਾਡੇ ਏਰੀਏ ਚ ਅਗਰ ਮੌਜੂਦਾ ਕੰਮ ਪੰਜਾਬੀ ਤੇ ਕੀਤਾ ਨਾ ਵੀ ਉਹ ਮੌਜੂਦਾ ਦੌਰ ਦੇ ਵਿੱਚ ਪੰਜਾਬੀ ਜ਼ਬਾਨ ਸਪੈਸ਼ਲੀ ਫਾਰਸੀ ਦੂਸਰੇ ਨੰਬਰ ਪੰਜਾਬੀ ਵਾਸਤੇ ਕਿ ਪੰਜਾਬੀ ਨੂੰ ਰਾਜ ਕੀਤਾ ਜਾਏ ਪੰਜਾਬ ਵਿਚ ਰਾਜ ਕਿਉਂ ਨੀ ਹੁੰਦੀ ਅਗਰ ਸਿੰਧ ਵਿਚ ਸਿੰਧੀ ਰਾਜ ਹੋ ਸਕਦੀ ਹੈ ਪੰਜਾਬ ਵਿਚ ਪੰਜਾਬੀ ਕਿਉਂ ਨੀ ਹੁੰਦੀ ਬੜੀ ਚੀਜ਼ ਰਾਈ ਮਿਲੀ ਉਹ ਹੁਣ ਇਸ ਵੇਲੇ ਸਾਰੇ ਪੰਜਾਬ ਬਾਰ ਐਸੋਸੀਏਸ਼ਨ ਦੇ ਸਦਰ ਨੇ ਠੀਕ ਹੈ ਬਜ਼ੁਰਗ ਤੁਸੀਂ ਆਪਣਾ ਵੀ ਤਾਰਫ ਦੱਸ ਦਿਓ ਇਸ ਵੇਲੇ ਮੇਰਾ ਨਾਂ ਸੈਯਦ ਮੁਹੰਮਦ ਤਾਹਿਰ ਹਾਸ਼ਮੀ ਹੈ ਇਹ ਮੇਰੇ ਵਾਲਦ ਸਾਹਿਬ ਨੇ ਮੁਸ਼ਤਾਕ ਅਹਿਮਦ ਹਾਸ਼ਮੀ ਹਾਸ਼ਮ ਸ਼ਾਹ ਸਾਹਿਬ ਮੇਰੇ ਜਦੇ ਅਮਜਦ ਨੇ ਸੱਤਵੀਂ ਪੁਸ਼ਤ ਮੇਰਾ ਉਹਨਾਂ ਦਾ ਸਿਲਸਿਲਾ ਚੱਲਦਾ ਸੀਗਾ ਅਲਹਮਦੁਲਿਲਾ ਇੱਥੇ ਇਹਨਾਂ ਦੀ ਡਿਊਟੀ ਲੱਗੀ ਹੈ ਸਾਡੀ ਕੰਮ ਕਰੀਦਾ ਖੁਸ਼ ਹੋ ਗਏ ਸਭ ਇਹਨਾਂ ਦਾ ਜਿਹੜਾ ਚੱਲਦਾ ਉਹ ਜਾ ਕੇ ਇਮਾਮ ਹਸਨ ਰਜ਼ੀ ਅੱਲਾਹ ਤਾਲਾ ਨਾਲ ਜਾ ਕੇ ਮਿਲਦਾ ਠੀਕ ਹੈ ਜੀ ਬਹੁਤ ਸ਼ੁਕਰੀਆ ਅਸੀਂ ਹੁਣ ਚਾਹਵਾਂਗੇ ਕਿ ਅਸੀਂ ਆਪਣਾ ਤੁਹਾਡੀ ਸੰਗਤ ਦੇ ਵਿੱਚ ਦਰਬਾਰ ਪਾਕ ਦਾ ਅੰਦਰੂਨੀ ਵਿਊ ਦਿਖਾਈਏ ਆਪਣੇ ਵੇਖਣ ਵਾਲਿਆਂ ਨੂੰ ਕਿ ਸ਼ਾਹ ਸਾਹਿਬ ਆਰਾਮ ਫਰਮਾ ਰਹੇ ਨੇ ਤੇ ਠੀਕ ਹੈ ਹਾਂਜੀ ਠੀਕ ਹੈ ਸ਼ਾਹ ਜੀ ਠੀਕ ਹੈ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਜੀ ਤੁਹਾਡਾ ਸਾਇਆ ਹਮੇਸ਼ਾ ਸਾਡੇ ਸਿਰਾਂ ਦੇ ਵਿੱਚ ਤੇ ਸਾਡੇ ਵਾਸਤੇ ਵੀ ਜ਼ਰੂਰ ਦੁਆ ਕਰਨਾ ਹੈ ਸ਼ਾਹ ਜੀ ਹੁਣ ਸਾਨੂੰ ਇਜਾਜ਼ਤ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਾਂਦੀ ਵਾਰ ਦਾ ਸਾਨੂੰ ਤੁਸੀਂ ਕੋਈ ਬੜੀ ਮਿਹਰਬਾਨੀ ਬਾਬਾ ਜੀ ਦਾ ਸਲਾਮ ਜੀ ਜੀ ਚਲੋ ਜਾਂਦੀ ਯਾਰੀ ਇੱਕ ਫੇਰ ਬਾਬਾ ਜੀ ਦਾ ਤੋਬਾ ਹੀ ਸਮਝ ਲਿਓ ਜੀ ਹਾਸ਼ਮ ਸ਼ਾਹ ਸਾਹਿਬ ਵੱਲੋਂ ਜੀ ਜੀ ਨਦੀਆਂ ਨੀਰ ਨਿਤ ਰਹਿਣ ਤਾਰੂ ਕਦੀ ਨਾ ਥੀਵਨ ਹਲਕੇ ਜੋ ਜਲ ਲੱਜ ਗਿਆ ਇਸ ਰਾਹੀਂ ਤੋ ਫੇਰ ਨਾ ਆਵੇ ਭਲਕੇ ਐਵੇਂ ਰਵਕ ਜਹਾਨ ਵਸੇਂਦਾ ਪਰ ਅਸੀਂ ਨਾ ਬਹਿਸਾਂ ਰਲ ਕੇ ਹਾਸ਼ਮ ਕੌਣ ਕਰਕ ਦਿਲ ਬਰੀਆਂ ਇਸ ਖਾਕ ਮਿੱਟੀ ਵਿਚ ਰਲ ਕੇ ਉਹ ਸਹੁਰੇ ਪੇਕੜੇ ਜਾਣ ਬੈਠੇ ਉਹ ਨਾਨਕੇ ਦਾਤਕੇ ਸਹੁਰੇ ਪੇਕੜੇ ਜਾਣ ਬੈਠੋ ਹੋਰ ਨਾਨਕੇ ਦਾਤਕੇ ਦੱਸਣਾ ਬਣੇ ਦੁੱਖ ਤੇ ਜਾਂਦੇ ਨੇ ਨੱਠ ਤੇ ਤੋਂ ਜਿਨ੍ਹਾਂ ਵਾਸਤੇ ਯਾਰ ਤੂੰ ਨੱਸਣਾ ਹੈ ਨਹੀਂ ਮੰਨਦਾ ਉਸ ਦੇ ਆਖਣੇ ਨੂੰ ਜਿਹਦੇ ਰਾਜ ਦੇ ਵਿਚ ਤੂੰ ਵਸਣਾ ਹੈ ਹਾਸ਼ਮ ਸ਼ਾਹ ਵੀਆਂ ਉਹ ਸ਼ਾਹ ਜਹਾਨ ਦੇ ਨੀ ਜਿਨ੍ਹਾਂ ਆਜਦਾ ਨੂੰ ਵੇਖ ਕੇ ਹੱਸਣਾ ਹੈ ਸਾਡੀ ਖਵਾਹਿਸ਼ ਹੈ ਵੀ ਤੁਸੀਂ ਇਹ ਸਾਰਾ ਜਿਹੜਾ ਮੇਰਾ ਡਾਕੂਮੈਂਟਰੀ ਹਕੂਮਤੀ ਲੈਵਲ ਤੱਕ ਵੀ ਜਿਹੜੀ ਜਿਹੜੀ ਸਾਡੀ ਮਤਲਬ ਹੋ ਸਕਦੀ ਹੈ ਸਪੋਰਟ ਕਰਨੀ ਚਾਹੀਦੀ ਹੈ ਬਿਲਕੁਲ ਚਲੋ ਹੋਰ ਕੁਝ ਨੀ ਤੇ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕੀਤਾ ਜਾਵੇ ਸੂਫੀਆਂ ਦੀ ਜ਼ਬਾਨ ਹੈ ਮਿੱਠੀ ਜ਼ਬਾਨ ਉਹਨੂੰ ਵੀ ਪ੍ਰਮੋਟ ਹੋਣਾ ਚਾਹੀਦਾ ਹਕੂਮਤੀ ਲੈਵਲ ਤੱਕ ਮੌਜੂਦਾ ਨਸਲ ਨੂੰ ਆਉਣ ਵਾਲੀ ਨਸਲ ਨੂੰ ਪਤਾ ਚੱਲ ਸਕੇ ਠੀਕ ਹੈ ਠੀਕ ਹੈ ਸ਼ਾਹ ਜੀ ਉਹ ਅੱਛਾ ਜੀ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ